ਹੈਲੋ ਜੀ, ਵੈਲਕਮ, ਸਵਾਗਤ ਹੈ ਤੁਹਾਡਾ ਸਭ ਦਾ ਆਪਣੇ ਚੈਨਲ ਸਟੱਡੀ ਔਨਲਾਈਨ 'ਤੇ। ਲਾਈਵ ਕਲਾਸ ਦਾ ਸਮਾਂ ਹੋ ਚੁੱਕਾ ਹੈ ਜੀ, ਜਲਦੀ ਤੋਂ ਜਲਦੀ ਸਾਰੇ ਜੁਆਇਨ ਕਰੋ, ਲਿੰਕ ਨੂੰ ਵੀ ਕਰ ਦਿਓ ਸ਼ੇਅਰ ਤਾਂ ਕਿ ਸਾਰੇ ਜਲਦੀ ਜੁਆਇਨ ਕਰ ਸਕਣ। ਅੱਜ ਦੀ ਕਲਾਸ ਦੇ ਵਿੱਚ ਆਪਾਂ ਦੋ ਵਾਰਤਕਾਰ ਡਿਸਕਸ ਕਰਨ ਵਾਲੇ ਹਾਂ, ਇੱਕ ਹੈ ਜੀ ਪ੍ਰਿੰਸੀਪਲ ਤੇਜਾ ਸਿੰਘ ਅਤੇ ਦੂਸਰਾ ਗੁਰਬਖਸ਼ ਸਿੰਘ ਪ੍ਰੀਤਲੜੀ। ਇਹਨਾਂ ਦੋਹਾਂ ਲੇਖਕਾਂ ਦੇ ਨਾਲ ਸੰਬੰਧਿਤ ਕੁਐਸਚਨ ਡਿਸਕਸ ਕਰਨ ਵਾਲੇ ਹਾਂ, ਸੋ ਜਲਦੀ ਤੋਂ ਜਲਦੀ ਸਾਰੇ ਪਹੁੰਚੋ ਤਾਂ ਕਿ ਜਲਦੀ ਕਲਾਸ ਸ਼ੁਰੂ ਕਰ ਸਕੀਏ। ਨਮਸਕਾਰ, ਸਤਿ ਸ਼੍ਰੀ ਅਕਾਲ, ਗੁੱਡ ਈਵਨਿੰਗ। ਸ਼ੁਰੂ ਕਰਦੇ ਹਾਂ ਜੀ ਅੱਜ ਦੀ ਕਲਾਸ ਅਤੇ ਵੱਧਦੇ ਹਾਂ ਜੀ ਕੁਐਸਚਨ ਨੰਬਰ 1 ਦੇ ਵੱਲ। ਅੱਜ ਦਾ ਆਪਣਾ ਪਹਿਲਾ ਕੁਐਸਚਨ ਹੈ ਜੀ, ਤੇਜਾ ਸਿੰਘ ਦਾ ਜਨਮ ਕਦੋਂ ਹੋਇਆ? ਆਪਸ਼ਨ ਏ ਹੈ ਜੀ 1892, ਬੀ 1894, ਸੀ 1896, ਡੀ 1898। ਚੁਣੋ ਜੀ ਕੁਐਸਚਨ ਨੰਬਰ 1 ਦੇ ਲਈ ਕਰੈਕਟ ਆਪਸ਼ਨ। ਤੇਜਾ ਸਿੰਘ ਦਾ ਜਨਮ ਹੋਇਆ, ਸੋ ਆਂਸਰ ਬੀ ਆਪਸ਼ਨ 1894 ਆਂਸਰ ਆ ਰਿਹਾ ਜੀ ਮੋਸਟਲੀ। ਸਤਿ ਸ਼੍ਰੀ ਅਕਾਲ ਜੀ ਸਭ ਨੂੰ ਜੀ, ਜਿਹੜੇ ਵੀ ਬੀ ਆਪਸ਼ਨ ਦੇ ਨਾਲ ਜਾ ਰਹੇ ਆ ਜੀ, 1894 ਬਿਲਕੁਲ ਠੀਕ ਹੈ ਜੀ। ਇਸ ਤੋਂ ਇਲਾਵਾ 1893 ਵੀ ਮਿਲਦਾ ਹੈ, ਇਹ ਯਾਦ ਰੱਖਣਾ ਜੀ, ਪਰ 94 ਨੂੰ ਹੀ ਜ਼ਿਆਦਾ ਸਹੀ ਮੰਨਦੇ ਆ। ਪਿੰਡ ਅਡਿਆਲਾ ਰਾਵਲਪਿੰਡੀ ਵਿਖੇ ਹੋਇਆ। ਕੁਐਸਚਨ ਨੰਬਰ 2 ਹੈ ਜੀ, ਤੇਜਾ ਸਿੰਘ ਦੇ ਮਾਤਾ ਪਿਤਾ ਦਾ ਕੀ ਨਾਂ ਸੀ? ਆਪਸ਼ਨ ਏ ਬਲਕਾਰ ਸਿੰਘ ਸੁਰਸਤੀ, ਬੀ ਬਲਕਾਰ ਸਿੰਘ ਸੁਰਸਤੀ, ਸੀ ਬਲਬੀਰ ਸਿੰਘ ਸੁਰਸਤੀ, ਡੀ ਬਲਦੇਵ ਸਿੰਘ ਸੁਰਸਤੀ। ਸਹੀ ਆਂਸਰ ਕੁਐਸਚਨ ਨੰਬਰ 2 ਦੇ ਲਈ ਕਰੋ ਜੀ। 2 ਨੰਬਰ ਦੇ ਲਈ ਵੀ ਮੋਸਟਲੀ ਬੀ ਆਪਸ਼ਨ ਦੇ ਨਾਲ ਜਾ ਰਹੇ ਨੇ ਜੀ, ਬਲਕਾਰ ਸਿੰਘ ਸੁਰਸਤੀ। ਹਾਂਜੀ, ਬਲਕਾਰ ਸਿੰਘ ਵੀ ਮਿਲਦਾ ਅਤੇ ਭਲਾਕਰ ਸਿੰਘ ਵੀ, ਇਸ ਤੋਂ ਇਲਾਵਾ ਚਲੋ ਬੀ ਆਪਸ਼ਨ ਇੱਥੇ ਕੁਰੈਕਟ ਹੋਵੇਗਾ। ਸੋ ਯਾਦ ਰੱਖਿਓ ਜੀ, ਭਲਾਕਰ ਸਿੰਘ, ਬਲਕਾਰ ਸਿੰਘ ਇਹ ਦੋਵੇਂ ਹੀ ਨਾਮ ਮਿਲਦੇ ਆ, ਸੋ ਥੋੜ੍ਹੀ ਬਹੁਤ ਮਾਤਰਾ ਦੀ ਮਿਸਟੇਕ ਹੋ ਸਕਦੀ ਹੈ, ਇਸ ਲਈ ਧਿਆਨ ਰੱਖੋ ਜੀ। ਕੁਐਸਚਨ ਨੰਬਰ 3 ਹੈ ਜੀ, ਤੇਜਾ ਸਿੰਘ ਦਾ ਮੁੱਢਲਾ ਨਾਂ ਕੀ ਸੀ? ਆਪਸ਼ਨ ਏ ਤੇਜਭਾਨ, ਬੀ ਤੇਜਵਾਨ, ਸੀ ਤੇਜ ਰਾਮ ਅਤੇ ਡੀ ਤੇਜਾ ਸਿੰਘ। ਸਹੀ ਆਂਸਰ ਕੁਐਸਚਨ ਨੰਬਰ 3 ਲਈ ਚੁਣੋ ਜੀ। ਸਭ ਦਾ ਆ ਰਿਹਾ ਜੀ ਸੀ ਆਪਸ਼ਨ, ਬੀ ਵੀ ਆ ਰਿਹਾ ਜੀ, ਮੋਸਟਲੀ ਸੀ ਆਪਸ਼ਨ ਤੇਜ ਰਾਮ ਬਿਲਕੁਲ ਠੀਕ ਹੈ ਜੀ, ਤੇਜ ਰਾਮ। ਕੁਐਸਚਨ ਨੰਬਰ 4 ਦੇ ਵੱਲ ਵੱਧਦੇ ਹਾਂ ਜੀ। 4 ਨੰਬਰ ਹੈ ਆਪਣੇ ਕੋਲ, ਤੇਜਾ ਸਿੰਘ ਨੇ ਕਿਸ ਲੇਖ ਤੋਂ ਹਲਕੇ ਫੁਲਕੇ ਲੇਖ ਲਿਖਣ ਦਾ ਮੁੱਢ ਬੰਨਿਆ? ਆਪਸ਼ਨ ਏ ਹੱਸਣਾ ਅਤੇ ਕੂਕਣਾ, ਬੀ ਗੰਗਾਦੀਨ, ਸੀ ਗੁਸਲਖਾਨਾ, ਡੀ ਸ਼ਹਿਰ ਦਾ ਨਲਕਾ। ਕੁਰੈਕਟ ਆਂਸਰ ਕੁਐਸਚਨ ਨੰਬਰ 4 ਦੇ ਲਈ ਚੁਣਿਆ ਜਾਵੇ, ਮੋਸਟਲੀ ਡੀ ਆਂਸਰ ਆ ਰਿਹਾ ਜੀ ਸਭ ਦਾ, ਸ਼ਹਿਰ ਦਾ ਨਲਕਾ। ਠੀਕ ਹੈ ਜੀ, ਬਿਲਕੁਲ ਆਪਸ਼ਨ ਡੀ, ਸ਼ਹਿਰ ਦਾ ਨਲਕਾ 1908 ਦੇ ਵਿੱਚ ਲਿਖਿਆ ਜੀ। ਕੁਐਸਚਨ ਨੰਬਰ 5, ਤੇਜਾ ਸਿੰਘ ਨੇ ਐੱਮ ਏ ਕਿਸ ਵਿਸ਼ੇ ਦੇ ਵਿੱਚ ਕੀਤੀ? ਆਪਸ਼ਨ ਏ ਹੈ ਜੀ ਅੰਗਰੇਜ਼ੀ, ਬੀ ਪੰਜਾਬੀ, ਸੀ ਹਿੰਦੀ, ਡੀ ਸੰਸਕ੍ਰਿਤ। 5 ਨੰਬਰ ਦੇ ਲਈ ਕੁਰੈਕਟ ਆਪਸ਼ਨ ਚੁਣੋ ਜੀ, ਆਪਸ਼ਨ ਏ ਮੋਸਟਲੀ ਚੁਣਿਆ ਜਾ ਰਿਹਾ 5 ਨੰਬਰ ਦੇ ਲਈ, ਅੰਗਰੇਜ਼ੀ ਦੇ ਵਿੱਚ ਬਿਲਕੁਲ ਠੀਕ ਹੈ ਜੀ ਆਪਸ਼ਨ ਏ। ਕੁਐਸਚਨ ਨੰਬਰ 6, ਆਪ ਪੰਜਾਬੀ ਭਾਸ਼ਾ ਵਿਭਾਗ ਦੇ ਡੈਸ਼ ਰਹੇ? ਆਪਸ਼ਨ ਏ ਸਲਾਹਕਾਰ, ਬੀ ਡਾਇਰੈਕਟਰ, ਸੀ ਦੋਵੇਂ, ਡੀ ਇਹਨਾਂ ਵਿੱਚੋਂ ਕੋਈ ਵੀ ਨਹੀਂ। ਕੁਐਸਚਨ ਨੰਬਰ 6 ਚੁਣੋ ਜੀ, ਕੁਲ ਬਿਲਕੁਲ ਜੋ ਵੀ ਤੁਹਾਨੂੰ ਲੱਗਦਾ ਕੁਰੈਕਟ ਆਪਸ਼ਨ, 6 ਦੇ ਲਈ ਸੀ ਆਪਸ਼ਨ ਦੋਵੇਂ ਹੀ ਆ ਰਿਹਾ। ਠੀਕ ਹੈ ਜੀ, ਸਲਾਹਕਾਰ ਅਤੇ ਡਾਇਰੈਕਟਰ ਰਹੇ। ਕੁਐਸਚਨ ਨੰਬਰ 7 ਹੈ ਜੀ ਆਪਣੇ ਕੋਲ, ਤੇਜਾ ਸਿੰਘ ਕਿਸ ਲਹਿਰ ਨਾਲ ਸੰਬੰਧਿਤ ਸੀ? ਆਪਸ਼ਨ ਏ ਸਿੰਘ ਸਭਾ ਲਹਿਰ, ਬੀ ਅਕਾਲੀ ਲਹਿਰ, ਸੀ ਦੋਵੇਂ, ਡੀ ਇਹਨਾਂ ਵਿੱਚੋਂ ਕੋਈ ਵੀ ਨਹੀਂ। ਕੁਐਸਚਨ ਨੰਬਰ 7 ਸਹੀ ਆਪਸ਼ਨ
ਚੁਣਿਆ ਜਾਵੇ 7 ਨੰਬਰ ਦੇ ਲਈ। ਹਾਂਜੀ, ਸੀ ਆਪਸ਼ਨ ਆ ਚੁੱਕਾ ਜੀ, ਬਾਕੀ ਵੀ 7 ਨੰਬਰ ਦੇ ਲਈ ਸਹੀ ਆਪਸ਼ਨ ਆਨਸਰ ਕਰਨ, ਮੋਸਟਲੀ ਏ ਅਤੇ ਸੀ ਆਪਸ਼ਨ ਆਨਸਰ ਕੀਤੇ ਜਾ ਰਹੇ। ਠੀਕ ਆ ਜੀ, ਅਕਾਲੀ ਲਹਿਰ ਵੀ, ਅਕਾਲੀ ਲਹਿਰ ਦੇ ਸੰਬੰਧ ਦੇ ਵਿੱਚ ਇਹਨਾਂ ਨੂੰ ਜੇਲ੍ਹ ਵੀ ਜਾਣਾ ਪਿਆ, ਸੋ ਸੀ ਆਪਸ਼ਨ ਬਿਲਕੁਲ ਠੀਕ ਆ ਜੀ। ਕੁਸ਼ਚਨ ਨੰਬਰ 8 ਆ ਜੀ ਆਪਣੇ ਕੋਲ, ਅਕਾਲੀ ਲਹਿਰ ਦੇ ਸੰਗਰਾਮ ਵਿੱਚ ਸਰਗਰਮੀਆਂ ਕਾਰਨ ਜਾਣਾ ਪਿਆ। ਆਪਸ਼ਨ ਹੈ 1921, ਬੀ 1923, ਸੀ 1925, ਡੀ 1927। ਸਹੀ ਆਪਸ਼ਨ ਚੁਣੋ ਜੀ ਕੁਸ਼ਚਨ ਨੰਬਰ 8 ਦੇ ਲਈ। ਹਾਂਜੀ, 1923 ਬੀ ਆਪਸ਼ਨ ਸਭ ਦਾ ਆਨਸਰ ਆ ਚੁੱਕਿਆ ਜੀ, ਏ ਵੀ ਆ ਰਿਹਾ, ਜਿਹੜੇ ਵੀ 1923 ਆਨਸਰ ਕਰ ਰਹੇ ਜੀ ਕੁਰੈਕਟ ਆ, ਬਾਕੀ ਨੋਟ ਡਾਊਨ ਕਰਨ। ਕੁਸ਼ਚਨ ਨੰਬਰ 9 ਹੈ ਜੀ ਆਪਣੇ ਕੋਲ, ਤੇਜਾ ਸਿੰਘ ਮਹਿੰਦਰਾ ਕਾਲਜ ਪਟਿਆਲਾ ਦੇ ਪ੍ਰਿੰਸੀਪਲ ਕਦੋਂ ਬਣੇ? ਆਪਸ਼ਨ ਏ 1943, ਬੀ 1945, ਸੀ 1947 ਅਤੇ ਡੀ ਆ ਜੀ 1949। ਸਹੀ ਆਨਸਰ ਕਰੋ ਜੀ ਕੁਸ਼ਚਨ ਨੰਬਰ 9 ਦੇ ਲਈ। ਹਾਂਜੀ, 9 ਨੰਬਰ ਕੁਸ਼ਚਨ ਦੇ ਲਈ ਕੁਰੈਕਟ ਆਨਸਰ ਕਰਿਆ ਜਾਵੇ, 9 ਦੇ ਲਈ ਸਭ ਦਾ ਡੀ ਆਪਸ਼ਨ ਆ ਰਿਹਾ ਜੀ 1949। ਠੀਕ ਹੈ ਜੀ ਸਭ ਦਾ, 1949 ਦੇ ਵਿੱਚ ਤੇਜਾ ਸਿੰਘ ਮਹਿੰਦਰਾ ਕਾਲਜ ਪਟਿਆਲਾ ਦੇ ਪ੍ਰਿੰਸੀਪਲ ਬਣੇ। ਕੁਸ਼ਚਨ ਨੰਬਰ 10 ਹੈ ਜੀ, ਤੇਜਾ ਸਿੰਘ ਨੂੰ ਪੈਪਸ ਸਰਕਾਰ ਵੱਲੋਂ ਕਦੋਂ ਸਨਮਾਨਿਤ ਕੀਤਾ ਗਿਆ? ਆਪਸ਼ਨ ਏ 1951, ਬੀ 1953, ਸੀ 1955, ਡੀ 1955। ਕੁਸ਼ਚਨ ਥੋੜ੍ਹਾ ਜਿਹਾ ਕਨਫਿਊਜ਼ਨ ਵਾਲਾ ਹੈ, ਵੈਸੇ ਤਾਂ 1951 ਵੀ ਆਨਸਰ ਮਿਲਦਾ, ਇਸ ਤੋਂ ਇਲਾਵਾ ਇੱਕ ਹੋਰ ਆਨਸਰ ਮਿਲਦਾ ਜੀ 1956। ਜੇਕਰ ਹੋਰ ਕਿਸੇ ਕੋਲ ਕੋਈ ਭਰੋਸੇਯੋਗ ਸਰੋਤ ਹੈ ਤਾਂ ਉਹਦੇ ਤੋਂ ਜ਼ਰੂਰ ਕਨਫਰਮੇਸ਼ਨ ਕਰਿਆ ਜਾਵੇ। ਠੀਕ ਹੈ ਜੀ, ਮੇਰੇ ਕੋਲ ਜਿਹੜਾ ਆਨਸਰ ਆ ਇਹ ਇੰਟਰਨੈਟ ਤੋਂ ਮਤਲਬ ਕਿ ਸਰਚ ਕਰਕੇ ਕਰਿਆ ਹੋਇਆ ਜੀ। ਕੁਸ਼ਚਨ ਨੰਬਰ 11 ਦੇ ਵੱਲ ਵੱਧਦੇ ਹਾਂ ਜੀ। 11 ਨੰਬਰ ਹੈ ਜੀ, ਚੰਗਾ ਮੰਦਾ ਕਿਸ ਪੁਸਤਕ ਵਿੱਚ ਦਰਜ ਹੈ? ਆਪਸ਼ਨ ਏ ਦਰਦ ਸੁਨੇਹੇ, ਬੀ ਬਾਦਸ਼ਾਹੀਆਂ, ਸੀ ਅਮਰਵੇਲ, ਡੀ ਸਹਿਜ ਸੁਭਾਅ। ਕੁਸ਼ਚਨ ਨੰਬਰ 11 ਲਈ ਚੁਣਿਆ ਜਾਵੇ ਸਹੀ ਆਪਸ਼ਨ ਜੀ ਅਭਿਨੰਦਨ ਗ੍ਰੰਥ। ਠੀਕ ਹੈ ਜੀ, ਡੀ ਆਪਸ਼ਨ ਸਹਿਜ ਸੁਭਾਅ ਮੋਸਟਲੀ ਆਨਸਰ ਆ ਰਿਹਾ ਜੀ। ਜੀ, ਜਿਨ੍ਹਾਂ ਦਾ ਵੀ ਆਨਸਰ ਡੀ ਆ ਰਿਹਾ ਬਿਲਕੁਲ ਠੀਕ ਹੈ ਜੀ, ਸਹਿਜ ਸੁਭਾਅ ਦੇ ਵਿੱਚ। ਕੁਸ਼ਚਨ ਨੰਬਰ 12 ਹੈ ਜੀ ਆਪਣੇ ਕੋਲ, ਚੰਗਾ ਮੰਦਾ ਕਿਸ ਪ੍ਰਕਾਰ ਦਾ ਲੇਖ ਹੈ? ਆਪਸ਼ਨ ਏ ਰਾਜਨੀਤਿਕ ਵਿਚਾਰ ਪ੍ਰਧਾਨ, ਬੀ ਧਾਰਮਿਕ ਵਿਚਾਰ ਪ੍ਰਧਾਨ, ਸੀ ਦਾਰਸ਼ਨਿਕ ਵਿਚਾਰ ਪ੍ਰਧਾਨ, ਡੀ ਇਹਨਾਂ ਵਿੱਚੋਂ ਕੋਈ ਵੀ ਨਹੀਂ। ਚੁਣੋ ਜੀ ਸਹੀ ਆਪਸ਼ਨ ਕੁਸ਼ਚਨ ਨੰਬਰ 12 ਦੇ ਲਈ। 12 ਦੇ ਲਈ ਮੋਸਟਲੀ ਆ ਰਿਹਾ ਜੀ ਆਪਸ਼ਨ ਸੀ, ਦਾਰਸ਼ਨਿਕ ਵਿਚਾਰ ਪ੍ਰਧਾਨ। ਠੀਕ ਆ ਜੀ, ਸਭ ਦਾ ਹੀ। ਕੁਸ਼ਚਨ ਨੰਬਰ 13 ਦੇ ਵੱਲ ਵੱਧਦੇ ਹਾਂ ਜੀ। ਅਜੀਤ ਕੌਰ ਜੀ, ਵੀਡੀਓ ਪਿੱਛੇ ਚੱਲ ਰਹੀ ਤੁਹਾਡੀ, ਬਰਾਬਰ ਲਿਆਓ, ਸਕਿੱਪ ਕਰਕੇ ਥੋੜ੍ਹਾ ਜਿਹਾ। ਕੁਸ਼ਚਨ ਨੰਬਰ 13, ਤੇਜਾ ਸਿੰਘ ਪੰਜਾਬੀ ਬੋਲੀ ਦਾ ਮੁੱਢਲਾ ਸਰੋਤ ਕਿਸ ਭਾਸ਼ਾ ਨੂੰ ਦੱਸਦਾ ਹੈ? ਆਪਸ਼ਨ ਏ ਉਰਦੂ ਭਾਸ਼ਾ, ਬੀ ਹਿੰਦੀ ਭਾਸ਼ਾ, ਸੀ ਵੈਦਿਕ ਭਾਸ਼ਾ, ਡੀ ਉਪਰੋਕਤ ਸਾਰੀਆਂ। ਚੁਣੋ ਜੀ 13 ਨੰਬਰ ਲਈ ਸਭ ਦਾ ਆ ਰਿਹਾ ਜੀ ਡੀ ਆਪਸ਼ਨ, ਸੀ ਆਪਸ਼ਨ, ਡੀ ਵੀ ਆ ਰਿਹਾ ਵਿੱਚ ਬਟ ਮੋਸਟਲੀ ਸੀ ਆਪਸ਼ਨ ਦੇ ਨਾਲ। ਠੀਕ ਆ ਜੀ, ਵੈਦਿਕ ਭਾਸ਼ਾ ਨੂੰ ਤੇਜਾ ਸਿੰਘ ਪੰਜਾਬੀ ਬੋਲੀ ਦਾ ਮੁੱਢਲਾ ਸਰੋਤ ਮੰਨਦਾ ਹੈ। ਕੁਸ਼ਚਨ ਨੰਬਰ 14 ਜੀ, ਤੇਜਾ ਸਿੰਘ ਦੀ ਸਾਹਿਤ ਦਰਸ਼ਨ ਦੇ ਮਹਾਂਕਾਵਿ ਭਾਗ ਵਿੱਚ ਦਰਜ ਹੈ? ਆਪਸ਼ਨ ਏ ਮਰਦ ਗੰਬੜਾ, ਆਜ਼ਾਦ ਦੀ ਰਚਨਾ ਜੀ, ਏਸ਼ੀਆ ਚਾਨਣ, ਮੋਹਨ ਸਿੰਘ ਅਤੇ ਰਾਣਾ ਸੂਰਜ ਸਿੰਘ, ਭਾਈ ਵੀਰ ਸਿੰਘ ਜੀ ਦੀ ਰਚਨਾ ਹੈ। ਕੁਸ਼ਚਨ ਕਾਫੀ ਕਲੀਅਰ ਹੁੰਦੇ ਆ ਇੱਥੇ, ਡੀ ਆਪਸ਼ਨ ਜੀ ਉਪਰੋਕਤ ਸਾਰੇ। ਇੱਕ ਤਾਂ ਇਹ ਰਚਨਾਵਾਂ ਕਿਸ ਦੀਆਂ ਨੇ, ਇਸ ਤੋਂ ਇਲਾਵਾ ਇਹ ਸਾਹਿਤ ਦਰਸ਼ਨ ਦੇ ਵਿੱਚ ਦਰਜ ਹੈ ਕਿ ਨਹੀਂ, ਸਾਰੀਆਂ ਹੀ ਹੈ ਜੀ। ਆਪਸ਼ਨ ਡੀ ਆਨਸਰ ਆਪਣਾ
ਕਰੈਕਟ ਹੋਏਗਾ। ਕੁਐਸਚਨ ਨੰਬਰ 15 ਦੇ ਵੱਲ ਵੱਧਦੇ ਹਾਂ। ਤੇਜਾ ਸਿੰਘ ਦੀ ਅਣਛਪੀ ਰਚਨਾ ਹੈ, ਆਪਸ਼ਨ ਏ ਦਰਦ ਸੁਨੇਹੇ, ਬੀ ਸਉਪਣਾ, ਸੀ ਅਗਲੇ ਜ਼ਮਾਨੇ, ਡੀ ਤਿਆਰ ਬਰ ਤਿਆਰ। ਕੁਐਸਚਨ ਨੰਬਰ 15 ਦੇ ਲਈ ਕਰੈਕਟ ਆਂਸਰ ਕਰਿਆ ਜਾਵੇ ਜੀ। 15 ਦੇ ਲਈ ਸ਼ਬਦ ਡੀ ਆਪਸ਼ਨ ਸੀ ਵੀ ਆ ਰਿਹਾ ਵਿੱਚ, ਸੋ ਜਿਹੜੇ ਵੀ ਆਪਸ਼ਨ ਡੀ ਦੇ ਨਾਲ ਜਾ ਰਹੇ ਆ ਕੁਰੈਕਟ ਆ ਜੀ। ਬਾਕੀ ਨੋਟ ਡਾਊਨ ਕਰਨ। ਕੁਐਸਚਨ ਨੰਬਰ 16 ਜੀ, ਤੇਜਾ ਸਿੰਘ ਦਾ ਪਹਿਲਾ ਨਿਬੰਧ ਸੰਗ੍ਰਹਿ ਕਿਹੜਾ ਸੀ? ਆਪਸ਼ਨ ਏ ਸ਼ਰਦ ਨਲਕਾ, ਬੀ ਵਿਹਲੀਆਂ ਗੱਲਾਂ, ਸੀ ਨਵੀਆਂ ਸੋਚਾਂ, ਡੀ ਸਮੇਂ ਦੇ ਤਿੰਨ ਰੰਗ। ਸਹੀ ਆਂਸਰ 16 ਨੰਬਰ ਦੇ ਲਈ ਚੁਣਿਆ ਜਾਵੇ ਜੀ। ਜੀ ਮੋਸਟਲੀ 16 ਨੰਬਰ ਦੇ ਲਈ ਸੀ, ਇਹ ਦੋਵੇਂ ਹੀ ਆਂਸਰ ਕੀਤੇ ਜਾ ਰਹੇ ਜੀ। ਰਾਧੇ ਕ੍ਰਿਸ਼ਨਾ ਜੀ, ਸੀ ਆਪਸ਼ਨ ਮੋਸਟਲੀ ਚੁਣਿਆ ਜਾ ਰਿਹਾ, ਨਵੀਆਂ ਸੋਚਾਂ। 1941-42 ਦੋਵੇਂ ਮਿਲਦੇ ਆ ਜੀ, ਪਰ 1941 ਜ਼ਿਆਦਾ ਸਹੀ ਲੱਗਦਾ ਪਹਿਲੇ ਲੇਖ ਦੇ ਅਕੋਰਡਿੰਗ, ਪਹਿਲੇ ਨਿਬੰਧ ਸੰਗ੍ਰਹਿ ਦੇ ਅਕੋਰਡਿੰਗ ਜੇਕਰ ਆਪਾਂ ਦੇਖੀਏ। ਸੀ ਆਪਸ਼ਨ ਜਿਨ੍ਹਾਂ ਦਾ ਵੀ ਆਂਸਰ ਆਇਆ ਹੈ ਕੁਰੈਕਟ ਆ ਜੀ। ਬਾਕੀ ਕਰਨ ਜੀ ਨੋਟ ਡਾਊਨ। ਕੁਐਸਚਨ ਨੰਬਰ 17 ਦੇ ਵੱਲ ਵੱਧਦੇ ਆ ਜੀ। 17 ਨੰਬਰ, ਤੇਜਾ ਸਿੰਘ ਨੂੰ ਅਭਿਨੰਦਨ ਗ੍ਰੰਥ ਕਦੋਂ ਭੇਟ ਕੀਤਾ ਗਿਆ? ਆਪਸ਼ਨ ਏ 1952, ਬੀ 1954, ਸੀ 1956 ਅਤੇ ਡੀ 1958। ਆਲਰੇਡੀ ਆਂਸਰ ਪਹਿਲਾਂ ਕੀਤਾ ਗਿਆ ਇਸ ਕੁਐਸਚਨ ਦੇ ਲਈ, ਸੋ ਦੇਖਦੇ ਹਾਂ ਕਿੰਨਿਆਂ ਕੁ ਗਲਤ ਕਰਦੇ ਆ। ਮੋਸਟਲੀ ਸੀ ਆਪਸ਼ਨ ਆ ਰਿਹਾ ਜੀ, ਡੀ ਆਪਸ਼ਨ ਵੀ ਆ ਚੁੱਕਾ ਹੈ। ਦੇਖੋ ਜੀ ਗਲਤ ਵੀ ਹੋ ਰਿਹਾ, ਜਦੋਂ ਕਿ ਹੁਣੇ ਦੱਸਿਆ ਗਿਆ ਸੀ ਆਪਸ਼ਨ 1956 ਬਿਲਕੁਲ ਠੀਕ ਆ ਜੀ, ਲਗਭਗ ਮੈਕਸੀਮਮ ਕੁਰੈਕਟ ਆਂਸਰ ਆਇਆ। ਕੁਐਸਚਨ ਨੰਬਰ 18 ਦੇ ਵੱਲ ਵੱਧਦੇ ਹਾਂ ਜੀ। ਟਕਸਾਲੀ ਨਿਬੰਧ ਲਿਖਣ ਦੀ ਪਿਰਤ ਕਿਸਨੇ ਪਾਈ? ਆਪਸ਼ਨ ਏ ਸੂਬਾ ਸਿੰਘ, ਬੀ ਤੇਜਾ ਸਿੰਘ, ਸੀ ਸੰਤ ਸਿੰਘ ਸੇਖੋਂ, ਡੀ ਆਈ ਸੀ ਨੰਦਾ। ਕੁਐਸਚਨ ਨੰਬਰ 18 ਚੁਣਿਆ ਜਾਵੇ ਸਹੀ ਆਪਸ਼ਨ। ਕੁਐਸਚਨ ਨੰਬਰ 18 ਦੇ ਲਈ ਟਕਸਾਲੀ ਨਿਬੰਧ ਲਿਖਣ ਦੀ ਪਿਰਤ ਕਿਸਨੇ ਪਾਈ? ਬੀ ਆਪਸ਼ਨ ਤੇਜਾ ਸਿੰਘ ਆਂਸਰ ਆ ਰਿਹਾ। ਸਿੰਗਲ ਟੋਪਿਕ ਦੇ ਵਿੱਚ ਇਸ ਤਰ੍ਹਾਂ ਦੇ ਕੁਐਸਚਨ ਬਹੁਤ ਜ਼ਿਆਦਾ ਈਜ਼ੀ ਹੋ ਜਾਂਦੇ ਆ। ਕੁਐਸਚਨ ਨੰਬਰ 19 ਨੰਬਰ ਹੈ ਜੀ, ਤੇਜਾ ਸਿੰਘ ਦਾ ਨਿਬੰਧ ਸੰਗ੍ਰਹਿ ਨਹੀਂ ਹੈ। ਆਪਸ਼ਨ ਏ ਨਵੀਆਂ ਸੋਚਾਂ, ਬੀ ਸਹਿਜ ਸੁਭਾਅ, ਸੀ ਸਾਹਿਤ ਦਰਸ਼ਨ, ਡੀ ਜੀਵਨ ਮਨੋਰਥ। ਸਹੀ ਆਂਸਰ 19 ਨੰਬਰ ਲਈ ਚੁਣਿਆ ਜਾਵੇ। ਸੋ ਮਿਕਸ ਕਲਾਸ ਦੇ ਵਿੱਚ ਪਤਾ ਲੱਗੇਗਾ ਕਿ ਕਿੰਨੇ ਕੁ ਇਸ ਤਰ੍ਹਾਂ ਦੇ ਕੁਐਸਚਨ ਆਪਾਂ ਨੂੰ ਆਉਂਦੇ ਆ। ਜਿਵੇਂ ਆ ਸਿੰਗਲ ਟੋਪਿਕ ਦੇ ਵਿੱਚ ਤਾਂ ਕਲੀਅਰ ਹੋ ਜਾਂਦੇ ਆ, ਪਰ ਮਿਕਸ ਦੇ ਵਿੱਚ ਉਲਝ ਜਾਂਦੇ ਹਾਂ ਆਪਾਂ। ਮੋਸਟਲੀ ਡੀ ਆਂਸਰ ਆ ਰਿਹਾ ਜੀ, ਬਿਲਕੁਲ ਠੀਕ ਹੈ ਜੀ, ਜੀਵਨ ਮਨੋਰਥ। ਕੁਐਸਚਨ ਨੰਬਰ 20 ਨੰਬਰ ਹੈ ਜੀ, ਤੇਜਾ ਸਿੰਘ ਸਰਕਾਰੀ ਸੇਵਾ ਤੋਂ ਮੁਕਤ ਕਦੋਂ ਹੋਇਆ? ਆਪਸ਼ਨ 1951, ਬੀ 1953, ਸੀ 1955, ਡੀ 1957। ਸਹੀ ਆਂਸਰ ਕੁਐਸਚਨ ਨੰਬਰ 20 ਦੇ ਲਈ ਕਰਿਆ ਜਾਵੇ ਜੀ। ਜੀ ਐਕਸਟਰਾ ਇਨਫੋਰਮੇਸ਼ਨ ਕਿਸੇ ਦੇ ਵੱਲੋਂ ਸ਼ੇਅਰ ਕੀਤੀ ਜਾਂਦੀ ਹੈ, ਸਕਰੀਨਸ਼ਾਟ ਕਰ ਸਕਦੇ ਹੋ, ਕਿਉਂਕਿ ਜਿਹੜੇ ਲਾਈਵ ਕਮੈਂਟ ਨੇ ਸਕਰੀਨ 'ਤੇ ਵੈਸੇ ਸ਼ੋਅ ਹੋ ਰਹੇ ਆ, ਪਰ ਜੇ ਤੁਸੀਂ ਕਮੈਂਟ ਸੈਕਸ਼ਨ ਜਿਹੜਾ ਲਾਈਵ ਵਾਲਾ ਹੁੰਦਾ ਉਹਦੇ 'ਚ ਜਾਓਗੇ ਤਾਂ ਬਾਅਦ ਦੇ ਵਿੱਚ ਸ਼ੋਅ ਹੋਣਾ ਹਟ ਜਾਂਦੇ ਆ। ਇਹ ਆਪਸ਼ਨ 1951 ਆਂਸਰ ਆ ਰਿਹਾ ਜੀ। ਸੋ ਜਿਹੜੇ ਵੀ ਆਪਸ਼ਨ ਏ ਦੇ ਨਾਲ ਜਾ ਰਹੇ ਆ ਜੀ ਸਾਰੇ ਕੁਰੈਕਟ। ਕੁਐਸਚਨ ਨੰਬਰ 21 ਦੇ ਵੱਲ ਵੱਧਦੇ ਹਾਂ ਜੀ। 21 ਨੰਬਰ ਹੈ, ਤੇਜਾ ਸਿੰਘ ਨੂੰ ਕਿੰਨਾ ਨਿਬੰਧਕਾਰਾਂ ਦੀ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ? ਜਾਂ ਤੇਜਾ ਸਿੰਘ ਦੀ ਪ੍ਰਵਿਰਤੀ ਕੀ ਹੈ? ਆਪਸ਼ਨ ਏ ਜੁਝਾਰਵਾਦੀ, ਬੀ ਰੋਮਾਂਸਵਾਦੀ, ਸੀ ਪ੍ਰਗਤੀਵਾਦੀ, ਡੀ ਯਥਾਰਥਵਾਦੀ। ਸਹੀ ਆਂਸਰ 21 ਨੰਬਰ ਲਈ ਚੁਣਿਆ ਜਾਵੇ ਜੀ। 21 ਦਾ ਮੋਸਟਲੀ ਡੀ ਆਂਸਰ ਆ ਰਿਹਾ ਜੀ, ਯਥਾਰਥਵਾਦੀ। ਜਿਹੜੇ ਵੀ ਡੀ ਆਪਸ਼ਨ ਦੇ ਨਾਲ ਜਾ ਰਹੇ ਨੇ ਯਥਾਰਥਵਾਦੀ,
ਠੀਕ ਆ ਜੀ, ਬਾਕੀ ਕਰਨ ਜੀ ਨੋਟ ਡਾਊਨ। ਆਪਸ਼ਨ ਡੀ ਆਪਣਾ ਕੁਰੈਕਟ ਹੋਵੇਗਾ। ਕੁਐਸਚਨ ਨੰਬਰ 22 ਹੈ, ਤੇਜਾ ਸਿੰਘ ਅੰਗਰੇਜ਼ੀ ਦੇ ਕਿਸ ਲੇਖਕ ਵਰਗੀ ਸਪਸ਼ਟ ਅਤੇ ਭਾਵਪੂਰਤ ਰਚਨਾ ਕਰਦਾ ਹੈ? ਆਪਸ਼ਨ ਏ ਵਿਲੀਅਮ ਕੈਰੀ, ਬੀ ਐਡੀਸ਼ਨ, ਸੀ ਨੈਲਸਨ, ਡੀ ਇਹਨਾਂ ਵਿੱਚੋਂ ਕੋਈ ਵੀ ਨਹੀਂ। ਸਹੀ ਆਂਸਰ ਚੁਣੋ ਕੁਐਸਚਨ ਨੰਬਰ 22 ਦੇ ਲਈ। ਗਸਲਖਾਨਾ ਗੰਗਾ ਦੀ ਜੀ, 22 ਨੰਬਰ ਕੁਐਸਚਨ ਡੀ ਬੀ ਮੈਕਸ ਦੇ ਆਂਸਰ ਆ ਰਹੇ, ਮੋਸਟਲੀ ਬੀ ਆਂਸਰ ਕੀਤਾ ਜਾ ਰਿਹਾ ਜੀ। ਠੀਕ ਆ ਜੀ, ਜਿਹੜੇ ਵੀ ਆਪਸ਼ਨ ਬੀ ਦੇ ਨਾਲ ਜਾ ਰਹੇ ਆ ਐਡੀਸ਼ਨ। ਕੁਐਸਚਨ ਨੰਬਰ 23, ਤੇਜਾ ਸਿੰਘ ਦੀ ਸਵੈ ਜੀਵਨੀ ਹੈ, ਸਭ ਨੂੰ ਰਟਿਆ ਹੋਣਾ ਇਹ ਕੁਐਸਚਨ। ਆਪਸ਼ਨ ਏ ਆਪ ਬੀਤੀ, ਬੀ ਆਰ ਸੀ, ਸੀ ਉਪਰੋਕਤ ਸਾਰੀਆਂ। ਚੁਣੋ ਜੀ ਕੁਐਸਚਨ ਨੰਬਰ 23 ਦੇ ਲਈ ਸਹੀ ਆਪਸ਼ਨ, ਸਵੈ ਜੀਵਨੀ ਤੇਜਾ ਸਿੰਘ ਦੀ। ਹਾਂਜੀ, ਸੀ ਆਪਸ਼ਨ ਮੋਸਟਲੀ ਆਂਸਰ ਆ ਰਿਹਾ ਜੀ, ਆਰ ਸੀ। ਠੀਕ ਆ ਜੀ, ਸਭ ਦੀ ਜ਼ਬਾਨ 'ਤੇ ਤਾਂ ਰਟਿਆ ਹੋਣਾ। ਕੁਐਸਚਨ ਨੰਬਰ 24 ਹੈ ਜੀ। ਹਾਂਜੀ, ਸਾਹਿਤਕ ਸਵੈ ਜੀਵਨੀ ਇਸਨੂੰ ਮੰਨਿਆ ਜਾਂਦਾ, ਇਹ ਯਾਦ ਰੱਖਣਾ। ਕੁਐਸਚਨ ਨੰਬਰ 24 ਹੈ, ਤੇਜਾ ਸਿੰਘ ਜਨਮ ਤੋਂ ਕਿਸ ਧਰਮ ਨਾਲ ਸੰਬੰਧਿਤ ਸਨ? ਆਪਸ਼ਨ ਏ ਹਿੰਦੂ, ਬੀ ਮੁਸਲਿਮ, ਸੀ ਸਿੱਖ, ਡੀ ਈਸਾਈ। ਸਹੀ ਆਂਸਰ ਕੁਐਸਚਨ ਨੰਬਰ 24 ਲਈ ਕਰੋ ਜੀ। 24 ਦੇ ਲਈ ਏ ਈਅਰ ਕਿਹੜੇ ਦਾ ਕੁਰੈਕਟ ਕਹਿ ਰਹੇ ਹੋ ਜੀ? 58 ਮਿਲਦਾ ਸਾਹਿਤਕ ਸਵੈ ਜੀਵਨੀ ਦਾ ਜੇਕਰ ਗੱਲ ਕਰਦੇ ਹੋ ਤਾਂ, ਹਿੰਦੂ ਅਤੇ ਰਾਮ। ਠੀਕ ਆ ਜੀ, ਜਿਹੜੇ ਵੀ ਹਿੰਦੂ ਧਰਮ ਆਂਸਰ ਕਰ ਰਹੇ ਆ, ਨਾਂ ਤੋਂ ਵੀ ਪਤਾ ਲੱਗਦਾ ਜੀ ਕਿ ਤੇਜ ਰਾਮ। ਠੀਕ ਹੈ, ਸੋ ਕੁਐਸਚਨ ਨੰਬਰ 25 ਦੇ ਵੱਲ ਵਧਦੇ ਜੀ। 25 ਨੰਬਰ ਹੈ ਜੀ, ਇਹ ਜੀਵਨੀ ਇਤਿਹਾਸ ਵਾਂਗ ਗੰਭੀਰ ਅਤੇ ਨਾਵਲ ਵਾਂਗ ਸਵਾਦਲੀ ਹੈ, ਤੇਜਾ ਸਿੰਘ ਦੀ ਸਵੈ ਜੀਵਨੀ ਲਈ ਇਹ ਕਥਨ ਕਿਸ ਦਾ ਸੀ? ਤੇਜਾ ਸਿੰਘ ਦੀ ਸਵੈ ਜੀਵਨੀ ਦੇ ਲਈ ਇਹ ਕਥਨ ਮਿਲਦਾ ਹੈ ਕਿਸ ਦਾ ਸੀ? 52-58 ਦੋਵੇਂ ਮਿਲਦੇ ਆ। ਇਹ ਕਿਹਾ ਜਾਂਦਾ ਕਿ 52 ਪਹਿਲਾ ਪ੍ਰਕਾਸ਼ਨ ਹੈ, ਪਰ ਸੰਪੂਰਨ ਪ੍ਰਕਾਸ਼ਨ ਆ ਜਿਹੜਾ ਉਹ 58 ਹੈ ਜੀ, ਇਸ ਕਰਕੇ 58 ਨੂੰ ਜ਼ਿਆਦਾ ਸਹੀ ਮੰਨਿਆ ਜਾਂਦਾ ਹੈ। ਬਾਕੀ ਡਿਪੈਂਡ ਕਰੇਗਾ ਆਪਸ਼ਨ 'ਤੇ। ਹਾਂਜੀ, ਆਪਸ਼ਨ ਇਹ ਹੈ ਜੀ, ਤੇਜਾ ਸਿੰਘ, ਬੀ ਮੋਹਨ ਸਿੰਘ ਦੀਵਾਨਾ, ਸੀ ਪ੍ਰੋਫੈਸਰ ਮੋਹਨ ਸਿੰਘ, ਡੀ ਸੁਰਜੀਤ ਪਾਤਰ। ਆਂਸਰ ਏ ਮੋਹਨ ਸਿੰਘ, ਬੀ ਮਿਕਸ ਜੇ ਆਂਸਰ, ਮੋਸਟਲੀ ਇਹ ਆ ਰਿਹਾ ਤੇਜਾ ਸਿੰਘ। ਤੇਜਾ ਸਿੰਘ ਨੇ ਆਪਣੀ ਸਵੈ ਜੀਵਨੀ ਲਈ ਆਪ ਇਹ ਸ਼ਬਦ ਨਹੀਂ ਕਹੇ ਆ। ਆਪਸ਼ਨ ਏ ਬਾਹਰ ਹੈ ਜੀ, ਬਾਕੀ ਕਰੋ ਆਂਸਰ, ਮੋਸਟਲੀ ਬੀ ਆਪਸ਼ਨ ਦੇ ਨਾਲ ਜਾ ਰਿਹਾ ਜੀ। ਜੀ ਜਿਹੜੇ ਵੀ ਆਪਸ਼ਨ ਪ੍ਰੋਫੈਸਰ ਮੋਹਨ ਸਿੰਘ, ਜਿਹੜੇ ਵੀ ਆਪਸ਼ਨ ਪ੍ਰੋਫੈਸਰ ਮੋਹਨ ਸਿੰਘ ਯਾਨੀ ਕਿ ਸੀ ਆਪਸ਼ਨ ਦੇ ਵੱਲ ਜਾ ਰਹੇ ਨੇ, ਕੁਰੈਕਟ ਹੈ ਜੀ। ਬਾਕੀ ਇਹ ਨੋਟ ਡਾਊਨ ਕਰਨ। ਕੁਐਸਚਨ ਨੰਬਰ 26 ਦੇ ਵੱਲ ਵੱਧਦੇ ਹਾਂ। 26 ਨੰਬਰ ਹੈ, ਤੇਜਾ ਸਿੰਘ ਕਿਸ ਪੱਛਮੀ ਸਾਹਿਤਕਾਰ ਤੋਂ ਪ੍ਰਭਾਵਿਤ ਸੀ? ਆਪਸ਼ਨ ਏ ਰਸਕਿਨ, ਬੀ ਚਾਰਲਸ ਲੈਂਪ, ਸੀ ਬੇਕਨ, ਡੀ ਉਪਰੋਕਤ ਸਾਰੇ। ਕੁਐਸਚਨ ਨੰਬਰ 26 ਦੇ ਲਈ ਸਹੀ ਆਂਸਰ ਚੁਣੋ ਜੀ। ਹਾਂਜੀ, 26 ਦੇ ਲਈ ਡੀ ਆਪਸ਼ਨ ਆ ਰਿਹਾ, ਉਪਰੋਕਤ ਸਾਰੇ। ਠੀਕ ਆ ਜੀ, ਸਭ ਤੋਂ ਹੀ ਪ੍ਰਭਾਵਿਤ ਸੀ ਤੇਜਾ ਸਿੰਘ। ਕੁਐਸਚਨ ਨੰਬਰ 27 ਵੱਲ ਵੱਧਦੇ ਹਾਂ ਜੀ। 27 ਨੰਬਰ ਹੈ ਆਪਣੇ ਕੋਲ, ਨਿਬੰਧਕਾਰੀ ਦਾ ਹਸਤਾਖਰ ਕਿਸ ਨੂੰ ਕਿਹਾ ਜਾਂਦਾ ਹੈ? ਆਪਸ਼ਨ ਏ ਪੂਰਨ ਸਿੰਘ, ਮੋਹਨ ਸਿੰਘ, ਸੀ ਤੇਜਾ ਸਿੰਘ, ਡੀ ਗੁਰਬਖਸ਼ ਸਿੰਘ ਪ੍ਰੀਤਲੜੀ। ਸਹੀ ਆਂਸਰ ਕੁਐਸਚਨ ਨੰਬਰ 27 ਲਈ ਕਰੋ ਜੀ। ਜੀ ਹਾਂਜੀ, ਪੇਂਟਰ ਵੀ 27 ਨੰਬਰ ਲਈ ਚੁਣਿਆ ਜਾਵੇ, ਸੀ ਆਪਸ਼ਨ ਆ ਰਿਹਾ ਤੇਜਾ ਸਿੰਘ, ਬਿਲਕੁਲ ਠੀਕ ਆ ਜੀ।
ਤੇਜਾ ਸਿੰਘ ਆਪਸ਼ਨ ਸੀ। ਕੁਐਸਚਨ ਨੰਬਰ 28 ਵੱਲ ਵੱਧਦੇ ਹਾਂ। ਇਹ ਸਿੰਪਲ ਜਿਹਾ ਕੁਐਸਚਨ ਹੈ ਜੀ, ਜਿਹੜਾ ਇੱਥੇ ਬਹੁਤ ਜ਼ਿਆਦਾ ਈਜ਼ੀ ਲੱਗ ਰਿਹਾ, ਪਰ ਜਦੋਂ ਪੇਪਰ ਦੇ ਵਿੱਚ ਆ ਜਾਵੇਗਾ ਤਾਂ ਉੱਥੇ ਜਿਹੜੇ 70-80 ਰਾਈਟਰ ਆ ਸਾਰੇ ਹੀ ਮਾਇੰਡ 'ਚ ਚੱਲਣ ਲੱਗ ਪੈਂਦੇ ਆ। ਜੇ 70-80 ਦੀ ਗੱਲ ਨਾ ਕਰੀਏ ਤਾਂ ਘੱਟੋ ਘੱਟ 15 ਵਾਰਤਕਾਰ ਆ ਉਹਦੇ ਮਾਇੰਡ 'ਚ ਆ ਹੀ ਜਾਂਦੇ ਆ। ਸੋ 28 ਨੰਬਰ ਕੁਐਸਚਨ ਹੈ ਜੀ, ਤੇਜਾ ਸਿੰਘ ਦੀ ਰਚਨਾ ਨਹੀਂ ਹੈ ਆਪਸ਼ਨ। ਪਿਆਰ ਵੀ ਵਿਹਲੀਆਂ ਵੀ ਵਿਹਲੀਆਂ ਗੱਲਾਂ ਸੀ, ਗੰਗਾ ਦੀਨ ਅਤੇ ਡੀ ਪ੍ਰਾਰਥਨਾ। ਸਹੀ ਆਂਸਰ ਕੁਐਸਚਨ ਨੰਬਰ 28 ਲਿਖ ਲਓ ਜੀ। 28 ਲਈ ਸੀ ਅਤੇ ਡੀ ਡੀ ਮੋਸਟਲੀ ਆਂਸਰ ਕੀਤਾ ਜਾ ਰਿਹਾ ਜੀ, ਪ੍ਰਾਰਥਨਾ। ਹਾਂਜੀ, 10th ਕਲਾਸ ਦੇ ਲਈ ਬਣੀ ਸਪੈਸ਼ਲ ਟ੍ਰਿਕ ਵਾਲੀ ਕਲਾਸ, ਜਿਹਨੇ ਵੀ ਵੇਖੀ ਆ ਪ੍ਰਾਰਥਨਾ ਉਹਨੂੰ ਟਿਪ 'ਤੇ ਯਾਦ ਹੋਣਾ। ਆਪਸ਼ਨ ਡੀ ਕਰੈਕਟ ਹੈ ਜੀ, ਬਲਵੀਰ ਸਿੰਘ। ਠੀਕ ਹੈ ਜੀ, ਬਲਵੀਰ ਸਿੰਘ ਚੁੱਗ, ਯਾਨੀ ਕਿ ਭਾਈ ਵੀਰ ਸਿੰਘ ਦੇ ਬ੍ਰਦਰ, ਅਤੇ ਬਾਲਵੀਰ ਪ੍ਰਾਰਥਨਾ ਕਰਨ ਗਿਆ, ਇੱਦਾਂ ਕੁਛ ਉਹਦੇ 'ਚ ਟ੍ਰਿਕ ਸੀ। ਕੁਐਸਚਨ ਨੰਬਰ 29 ਹੈ ਜੀ, ਤੇਜਾ ਸਿੰਘ ਦੁਆਰਾ ਗੁਰੂ ਗ੍ਰੰਥ ਸਾਹਿਬ ਦਾ ਅਧੂਰਾ ਅਨੁਵਾਦ ਕਿਸ ਯੂਨੀਵਰਸਿਟੀ ਨੇ ਸੰਪਾਦਿਤ ਕਰਕੇ ਪ੍ਰਕਾਸ਼ਿਤ ਕਰਵਾਇਆ। ਆਪਸ਼ਨ ਏ ਪੰਜਾਬ ਯੂਨੀਵਰਸਿਟੀ, ਬੀ ਪੰਜਾਬੀ ਯੂਨੀਵਰਸਿਟੀ, ਸੀ ਗੁਰੂ ਨਾਨਕ ਦੇਵ ਯੂਨੀਵਰਸਿਟੀ, ਡੀ ਇਹਨਾਂ ਵਿੱਚੋਂ ਕੋਈ ਵੀ ਨਹੀਂ। 9 ਵਜੇ ਰੋਜ਼ਾਨਾ ਸ਼ੁਰੂ ਹੁੰਦੀ ਜੀ ਕਲਾਸ। ਹਾਂਜੀ ਕਿਰਨ ਜੀ, 9 ਵਜੇ ਰੋਜ਼ਾਨਾ ਸ਼ੁਰੂ ਹੁੰਦੀ ਹੈ ਕਲਾਸ। ਸੰਡੇ ਨੂੰ 100 ਕੁਐਸਚਨ ਦੀ ਕਲਾਸ ਹੁੰਦੀ ਹੈ, ਰਿਵੀਜ਼ਨ ਕਲਾਸ ਜਿਹੜਾ ਆਪਾਂ ਹਫ਼ਤੇ 'ਚ ਕਰਵਾਇਆ ਹੁੰਦਾ। ਮੋਸਟਲੀ ਬੀ ਸੀ ਆਂਸਰ ਕੀਤੇ ਜਾ ਰਹੇ 29 ਨੰਬਰ ਦੇ ਲਈ। ਜਿਹੜੇ ਵੀ ਆਪਸ਼ਨ ਬੀ ਦੇ ਨਾਲ ਜਾ ਰਹੇ, ਪੰਜਾਬੀ ਯੂਨੀਵਰਸਿਟੀ ਬਿਲਕੁਲ ਠੀਕ ਹੈ ਜੀ। ਕਹਿੰਦੇ ਆ ਕਿ ਤੇਜਾ ਸਿੰਘ ਨੇ ਸਿਰਫ 2 ਕੁ ਟੀਕੇ ਹੀ ਹਜੇ ਲਿਖੇ ਸੀ, ਬਾਕੀ ਮਤਲਬ ਕਿ ਇੰਨਾ ਹੀ ਲਿਖਿਆ ਸੀ, ਉਸ ਤੋਂ ਬਾਅਦ ਐਕਸਪਾਇਰ ਹੋ ਗਏ ਸੀ, ਇਸ ਕਰਕੇ ਅਧੂਰਾ ਰਹਿ ਗਿਆ ਸੀ ਅਨੁਵਾਦ, ਗੁਰੂ ਗ੍ਰੰਥ ਸਾਹਿਬ ਦਾ ਅਨੁਵਾਦ ਸੀ ਜਿਹੜਾ। ਇਸ ਨੂੰ ਪੰਜਾਬੀ ਯੂਨੀਵਰਸਿਟੀ ਨੇ ਕੰਪਲੀਟ ਕਰਵਾਇਆ। ਅੱਗੇ ਹੋਰ ਵੀ ਇਸ ਦੇ ਨਾਲ ਰਿਲੇਟਡ ਜੋ ਇਨਫੋਰਮੇਸ਼ਨ ਹੈ ਉਹ ਹੈ ਦਾ ਹੋਲੀ ਗ੍ਰੰਥ ਦੇ ਨਾਂ ਦੇ ਅਧੀਨ ਇਸ ਨੂੰ ਪ੍ਰਕਾਸ਼ਿਤ ਕਰਵਾਇਆ ਸੀ 1985 ਦੇ ਵਿੱਚ। 3 ਕੁਐਸਚਨ ਇਹ ਬਣਦੇ ਆ, ਇਸ ਕੁਐਸਚਨ ਦੇ ਨਾਲ ਰਿਲੇਟਡ 2 ਹੋਰ ਬਣਦੇ ਆ। ਠੀਕ ਹੈ ਜੀ, ਅਗਲਾ ਕੁਐਸਚਨ ਹੈ ਜੀ, ਤੇਜਾ ਸਿੰਘ ਦੀ ਮੌਤ ਕਦੋਂ ਹੋਈ? ਆਪਸ਼ਨ ਏ 1958, ਬੀ 1960, ਸੀ 1964, ਡੀ 1968। ਸਹੀ ਆਂਸਰ ਕੁਐਸਚਨ ਨੰਬਰ 30 ਦੇ ਲਈ ਕਰਿਆ ਜਾਵੇ ਜੀ। 30 ਨੰਬਰ ਦੇ ਲਈ ਮੋਸਟਲੀ ਇਹ ਆਪਸ਼ਨ ਆ ਰਿਹਾ 1958। ਠੀਕ ਹੈ ਜੀ, ਸਭ ਦਾ ਜਿਹੜੇ ਸੀ ਜਿਹੜੇ ਵੀ 1958 ਆਂਸਰ ਕਰ ਰਹੇ ਆ। ਕੁਐਸਚਨ ਨੰਬਰ 30 ਤੋਂ ਬਾਅਦ ਅੱਗੇ ਵੱਧਦੇ ਹਾਂ ਜੀ। ਅੱਗੇ ਹੈ ਜੀ ਮਹੱਤਵਪੂਰਨ ਤੱਥ ਅਤੇ ਮਹੱਤਵਪੂਰਨ ਰਚਨਾਵਾਂ, ਇਹਨਾਂ ਦੇ ਬਾਰੇ ਆਪਾਂ ਡਿਸਕਸ ਕਰਦੇ ਹਾਂ। ਪਰ ਥੋੜ੍ਹੀ ਦੇਰ ਦੇ ਲਈ ਮੈਂ ਕਮੈਂਟ ਆਫ ਕਰਨ ਜਾ ਰਿਹਾ ਜੀ। ਲਾਈਕ ਐਂਡ ਸ਼ੇਅਰ ਕਰ ਦਿਉ ਜੀ, ਤਾਂ ਕਿ ਮੋਟੀਵੇਸ਼ਨ ਮਿਲਦਾ ਰਹੇ। ਅੱਜ ਤਾਂ ਲਾਈਵ ਵੀ ਘੱਟ ਹੀ ਹੋਇਆ, ਮੈਨੂੰ ਲੱਗਦਾ ਲਿੰਕ ਵਗੈਰਾ ਸ਼ੇਅਰ ਹੋਇਆ ਨਹੀਂ। ਕਈ ਵਾਰੀ ਲਿੰਕ ਸ਼ੇਅਰ ਤਾਂ ਕਰ ਦਈਦਾ, ਪਰ ਟੈਲੀਗ੍ਰਾਮ 'ਤੇ ਸ਼ੇਅਰ ਹੁੰਦਾ ਨਹੀਂ, ਕਈ ਵਾਰੀ ਨੈਟਵਰਕ ਸਮੱਸਿਆ ਆਉਂਦੀ ਜਾਂ ਕੁਛ ਹੋਰ ਕੋਈ ਨਾ ਕੋਈ ਸਮੱਸਿਆ। ਸੋ ਮਹੱਤਵਪੂਰਨ ਤੱਥਾਂ ਦੇ ਵਿੱਚ ਪਹਿਲਾ ਜੀ, ਪ੍ਰਿੰਸੀਪਲ ਤੇਜਾ ਸਿੰਘ ਇੱਕ ਸਫਲ ਅਧਿਆਪਕ, ਵਿਦਵਾਨ, ਸਾਹਿਤਕਾਰ, ਇਤਿਹਾਸਕਾਰ, ਕਵੀ, ਚਿੱਤਰਕਾਰ, ਵਿਆਕਰਨ ਮਾਹਿਰ, ਚਿੰਤਕ, ਧਰਮ ਪ੍ਰਚਾਰਕ ਅਤੇ ਸਮਾਜ ਸੁਧਾਰਕ ਸਨ। ਚੰਗੀ ਤਰ੍ਹਾਂ ਮਾਇੰਡ 'ਚ ਫਿੱਟ ਕਰ ਲਓ ਜੀ ਇਸ ਪੁਆਇੰਟ ਨੂੰ। ਠੀਕ ਹੈ ਜੀ, ਅਗਲਾ ਪੁਆਇੰਟ ਹੈ ਜੀ, 1919 ਦੇ ਵਿੱਚ ਖਾਲਸਾ ਕਾਲਜ ਅੰਮ੍ਰਿਤਸਰ ਪੜ੍ਹਾਉਂਦੇ ਰਹੇ। 1945 ਦੇ ਵਿੱਚ ਗੁਰੂ ਨਾਨਕ ਕਾਲਜ ਮੁੰਬਈ ਦੇ ਪ੍ਰਿੰਸੀਪਲ ਬਣੇ। 1948 ਦੇ ਵਿੱਚ ਪੰਜਾਬੀ ਭਾਸ਼ਾ ਵਿਭਾਗ ਦੇ ਸਕੱਤਰ ਅਤੇ ਡਾਇਰੈਕਟਰ ਵੀ ਰਹੇ। ਠੀਕ ਹੈ ਜੀ,
ਅਗਲਾ ਤੇ ਪੰਜਵਾਂ ਪੁਆਇੰਟ ਹੈ ਜੀ, 1936 ਦੇ ਵਿੱਚ ਮਲਾਇਆ ਦੀ ਯਾਤਰਾ ਵੀ ਕੀਤੀ ਅਤੇ 1956 ਦੇ ਵਿੱਚ ਪੈਪਸੂ ਸਰਕਾਰ ਵੱਲੋਂ, ਠੀਕ ਹੈ ਜੀ, ਅਭਿਨੰਦਨ ਗ੍ਰੰਥ ਭੇਟ ਕੀਤਾ ਗਿਆ। ਪਿੱਛੇ ਆਪਾਂ ਕਰਕੇ ਆਏ ਹਾਂ ਕਿ ਅਭਿਨੰਦਨ ਗ੍ਰੰਥ ਕਦੋਂ ਭੇਟ ਕੀਤਾ ਗਿਆ, 1956, ਪਰ ਕਿਸ ਦੇ ਵੱਲੋਂ ਉਹ ਯਾਦ ਰੱਖਣਾ ਜੀ, ਪੈਪਸੂ ਸਰਕਾਰ ਵੱਲੋਂ। ਅੱਗੇ ਜੀ ਮਹੱਤਵਪੂਰਨ ਰਚਨਾਵਾਂ, ਮਹੱਤਵਪੂਰਨ ਰਚਨਾਵਾਂ ਦੇ ਵਿੱਚ ਨਵੀਆਂ ਸੋਚਾਂ ਨਿਬੰਧ ਸੰਗ੍ਰਹਿ ਜੀ, ਸਹਿਜ ਸੁਭਾਅ ਨਿਬੰਧ ਸੰਗ੍ਰਹਿ, ਸਿਮਰਤੀਆਂ, ਸੱਭਿਆਚਾਰ, ਆਰਸੀ, ਸਵੈ ਜੀਵਨੀ ਆਪਾਂ ਹੁਣੇ ਕਰ ਹੀ ਚੁੱਕੇ ਹਾਂ, ਸਾਹਿਤ ਦਰਸ਼ਨ ਵੀ ਨਿਬੰਧ ਸੰਗ੍ਰਹਿ, ਜਪ ਸਟੀਕ ਅਤੇ ਆਸਾ ਦੀ ਵਾਰ ਸਟੀਕ, ਪੰਜਾਬੀ ਕਿਵੇਂ ਲਿਖੀਏ, ਸ਼ਬਦਾਂਤਿਕ ਲਗਾਂ ਮਾਤਰਾ, ਸ਼ਬਦ ਕੋਸ਼, ਸ਼ਬਦਾਰਥ, ਇਹ ਕਾਫੀ ਮਹੱਤਵਪੂਰਨ ਹੈ ਜੀ। ਅੰਗਰੇਜ਼ੀ ਪੰਜਾਬੀ ਸ਼ਬਦ ਕੋਸ਼, ਇਸ ਤੋਂ ਇਲਾਵਾ ਅੰਗਰੇਜ਼ੀ ਦੇ ਵਿੱਚ ਸੁਖਮਣੀ ਟੀਕਾ ਜਿਸ ਨੂੰ ਸਾਮ ਆਫ ਪੀਸ ਕਿਹਾ ਜਾਂਦਾ ਹੈ, ਯਾਦ ਰੱਖਿਓ ਇਹ ਕੁਸ਼ਚਨ ਕਾਫੀ ਪੁੱਛਿਆ ਜਾਂਦਾ ਹੈ, ਸਾਮ ਆਫ ਪੀਸ ਕਿਸ ਦੀ ਰਚਨਾ ਹੈ ਜਾਂ ਕਿਸ ਦਾ ਅਨੁਵਾਦ ਹੈ, ਇਸ ਤਰ੍ਹਾਂ, ਠੀਕ ਹੈ, ਜਾਂ ਕਿਸ ਦਾ ਅਨੁਵਾਦ ਹੈ, ਸੁਖਮਣੀ ਸਾਹਿਬ ਟੀਕਾ ਯਾਦ ਰੱਖਿਓ। ਅੱਗੇ ਜੀ ਮਹੱਤਵਪੂਰਨ ਲੇਖ, ਕੁਝ ਮਹੱਤਵਪੂਰਨ ਲੇਖ ਨੇ ਜਿਹੜੇ ਹਮੇਸ਼ਾ ਕੁਸ਼ਚਨ ਦਾ ਵਿਸ਼ਾ ਬਣਦੇ ਨੇ, ਜਿਹਦੇ ਵਿੱਚ ਹੈ ਜੀ ਵਿਹਲੀਆਂ ਗੱਲਾਂ, ਗੰਗਾ ਦੀਨ, ਅਗਲੇ ਜ਼ਮਾਨੇ, ਹੱਸਣਾ ਅਤੇ ਕੂਕਣਾ ਬਹੁਤ ਮਸ਼ਹੂਰ ਹੈ ਜੀ, ਮੇਰਾ ਵਿਆਹ, ਗੁਸਲਖਾਨਾ, ਇਸ ਤੋਂ ਇਲਾਵਾ ਜੀ ਹਾਸਰਸ ਅਤੇ ਧਰਮ, ਸਾਊਪਣਾ, ਸੱਭਿਆਚਾਰਾਂ ਦਾ ਮੇਲ, ਨਵਾਂ ਜ਼ਮਾਨਾ, ਇਹ ਤਾਂ ਬਹੁਤ ਜ਼ਿਆਦਾ ਮਸ਼ਹੂਰ ਹੈ ਜੀ, ਘਰ ਦਾ ਪਿਆਰ, ਪੰਜਾਬੀ ਵਿੱਚ ਕਾਫੀ, ਸ਼ਹਿਰ ਦਾ ਨਲਕਾ ਬਹੁਤ ਜ਼ਿਆਦਾ ਫੇਮਸ ਹੈ ਜੀ, ਸ਼ਹਿਰ ਦਾ ਨਲਕਾ ਵਾਰ ਵਾਰ ਪੁੱਛਿਆ ਜਾਂਦਾ, ਪ੍ਰੀਤਮ ਸਿੰਘ ਦਾ ਸੁਭਾਅ, ਇਹ ਵੀ ਯਾਦ ਰੱਖਣ ਯੋਗ ਹੈ ਜੀ, ਕਰਾਮਾਤ। ਇਹਨਾਂ ਤੋਂ ਇਲਾਵਾ ਜੀ ਸੱਭਿਆਚਾਰ ਦਾ ਘਾਟਾ, ਖਾਲਸਾ ਕਾਲਜ ਅੰਮ੍ਰਿਤਸਰ, ਗੁਰੂ ਨਾਨਕ ਦਾ ਦੇਸ਼ ਪਿਆਰ, ਕੀ ਗੁਰੂ ਨਾਨਕ ਦੇਵ ਜੀ ਪੜ੍ਹੇ ਹੋਏ ਸਨ, ਸਾਰੀਆਂ ਹੀ ਮਹੱਤਵਪੂਰਨ ਰਚਨਾਵਾਂ ਨੇ, ਸਾਰੇ ਲੇਖ ਯਾਦ ਰੱਖਿਓ ਜੀ, ਸਾਰੇ ਹੀ ਮਹੱਤਵਪੂਰਨ ਹੈ ਜੀ। ਅੱਗੇ ਜੀ ਮਹੱਤਵਪੂਰਨ ਅੰਗਰੇਜ਼ੀ ਰਚਨਾਵਾਂ, ਜਿਹਦੇ ਵਿੱਚ ਦਾ ਸਟੈਂਡਰਡ ਇੰਗਲਿਸ਼ ਪੰਜਾਬੀ ਡਿਕਸ਼ਨਰੀ, ਇਹਦੇ ਕੋ ਰਾਈਟਰ ਨੇ ਮਤਲਬ ਕਿ ਹਰਨਾਮ ਸਿੰਘ ਸ਼ਾਨ ਦੇ ਨਾਲ ਰਲ ਕੇ ਇਹਨਾਂ ਨੇ ਇਹ ਰਚਨਾ ਕੀਤੀ ਹੈ ਜੀ, ਠੀਕ ਹੈ ਜੀ, ਸੋ ਯਾਦ ਰੱਖਿਓ ਜੀ ਇਸ ਨੂੰ, ਦਾ ਸਟੈਂਡਰਡ ਇੰਗਲਿਸ਼ ਪੰਜਾਬੀ ਡਿਕਸ਼ਨਰੀ। ਉਹ ਤੋਂ ਬਾਅਦ ਹੈ ਜੀ ਐਂਗਲੋ ਪੰਜਾਬੀ ਡਿਕਸ਼ਨਰੀ, ਗੁਰੂ ਨਾਨਕ ਐਂਡ ਹਿਜ ਮਿਸ਼ਨ, ਪੰਜਾਬੀ ਲਿਟਰੇਚਰ, ਗਰੋਥ ਆਫ ਰਿਸਪੋਂਸਿਬਿਲਟੀ ਇਨ ਸਿੱਖਇਜ਼ਮ। ਇਸ ਤੋਂ ਅੱਗੇ ਹੈ ਜੀ ਇਹ ਸ਼ੋਰਟ ਹਿਸਟਰੀ ਆਫ ਸਿੱਖਸ, ਦਾ ਆਸਾ ਦੀ ਵਾਰ, ਹਾਈ ਰੋਡ ਆਫ ਸਿੱਖ ਹਿਸਟਰੀ, ਤਿੰਨ ਭਾਗ ਦੇ ਵਿੱਚ ਹੈ ਜੀ ਇਹ, ਸਿੱਖਇਜ਼ਮ ਗੁਰਦੁਆਰਾ ਰਿਫੋਰਮ ਮੂਵਮੈਂਟਸ ਐਂਡ ਸਿੱਖ ਅਵੇਕਿੰਗ। ਅੱਗੇ ਜੀ ਸਿੱਖ ਇਟਸ ਆਈਡੀਅਲ ਐਂਡ ਇੰਸਟੀਟਿਊਸ਼ਨਸ, ਸ਼੍ਰੀ ਗੁਰੂ ਗ੍ਰੰਥ ਸਾਹਿਬ, ਆਹ ਵਾਲੀ ਇਨਕੰਪਲੀਟ ਹੈ ਜੀ, ਆਪਾਂ ਪਿੱਛੇ ਹੁਣੇ ਗੱਲ ਕਰਕੇ ਹੀ ਆਏ ਹਾਂ, ਪਰ ਇਸ ਨੂੰ ਕੰਪਲੀਟ ਕਰਵਾਇਆ ਗਿਆ ਜੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵੱਲੋਂ। ਹੁਣ ਸ਼ੁਰੂ ਕਰਦੇ ਹਾਂ ਜੀ ਅੱਜ ਦਾ ਅਗਲਾ ਲੇਖਕ ਗੁਰਬਖਸ਼ ਸਿੰਘ ਪ੍ਰੀਤਲੜੀ। ਫਸਟ ਕੁਸ਼ਚਨ ਹੈ ਜੀ ਆਪਣਾ, ਗੁਰਬਖਸ਼ ਸਿੰਘ ਪ੍ਰੀਤਲੜੀ ਦਾ ਜਨਮ ਕਦੋਂ ਹੋਇਆ? ਹਾਂਜੀ ਅੱਜ ਦਾ ਆਪਣਾ ਵਿਸ਼ਾ ਗੁਰਬਖਸ਼ ਸਿੰਘ ਪ੍ਰੀਤਲੜੀ, ਸੋ ਕਰੋ ਜੀ ਆਂਸਰ ਫਸਟ ਕੁਸ਼ਚਨ ਦੇ ਲਈ। ਆਪਸ਼ਨ ਏ ਹੈ ਜੀ 1891, ਬੀ 1893, ਸੀ 1895, ਡੀ 1897। ਦੇਖੋ ਜੀ ਨੈਟਵਰਕ ਦੀ ਸਮੱਸਿਆ ਕਰਕੇ ਮੈਸੇਜ ਵੀ ਤੁਹਾਡੇ ਪ੍ਰੋਸੈਸਿੰਗ 'ਤੇ ਨੇ, ਆਂਸਰ ਸੀ ਆ ਰਿਹਾ ਜੀ 1800, ਠੀਕ ਹੈ ਜੀ, ਜਿਹੜੇ ਵੀ ਆਂਸਰ ਕਰ ਰਹੇ ਨੇ ਸੀ। ਕੁਸ਼ਚਨ ਨੰਬਰ 2,
ਹਾਂਜੀ ਕੁਐਸਚਨ ਨੰਬਰ 2 ਆ ਜੀ। ਅੱਛਾ ਜ਼ਿਲ੍ਹਾ ਜ਼ਰੂਰ ਯਾਦ ਰੱਖ ਲੈਣਾ, ਪੁੱਛ ਲਿਆ ਜਾਂਦਾ ਸਿਆਲਕੋਟ। ਠੀਕ ਹੈ ਜੀ। ਕੁਐਸਚਨ ਨੰਬਰ 2 ਹੈ ਜੀ, ਗੁਰਬਖਸ਼ ਸਿੰਘ ਦੇ ਮਾਤਾ ਪਿਤਾ ਜੀ ਦਾ ਕੀ ਨਾਂ ਸੀ? ਆਪਸ਼ਨ ਏ ਪਿਸ਼ਾਰਾ ਸਿੰਘ ਮਾਲਤੀ, ਬੀ ਪਿਸ਼ਾਰਾ ਸਿੰਘ ਧੰਨ ਕੌਰ, ਸੀ ਪਿਸ਼ਾਰਾ ਸਿੰਘ ਮਾਲਣੀ ਅਤੇ ਡੀ ਪਿਸ਼ਾਰਾ ਸਿੰਘ ਗੁਰਨਾਮ ਕੌਰ। ਟਾਈਮ 'ਤੇ ਤੁਸੀਂ ਤਾਂ ਆ ਗਏ ਹੋ, ਬਟ ਮੈਂ ਅਸਲ 'ਚ ਮੈਂ ਹੀ ਲੇਟ ਹੋ ਗਿਆ, ਤੁਸੀਂ ਆਪਣੇ ਟਾਈਮ 'ਤੇ ਆਏ ਹੋ। ਜਿਹੜੇ ਵੀ ਸੀ ਆਪਸ਼ਨ ਦੇ ਨਾਲ ਜਾ ਰਹੇ ਨੇ, ਪਿਸ਼ੌਰਾ ਸਿੰਘ ਮਾਲਣੀ, ਲਗਭਗ ਸੀ ਆਪਸ਼ਨ ਹੀ ਸਭ ਦਾ ਆਂਸਰ ਆ ਰਿਹਾ। ਬਿਲਕੁਲ ਠੀਕ ਹੈ ਜੀ। ਕੁਐਸਚਨ ਨੰਬਰ 3 ਦੇ ਵੱਲ ਵੱਧਦੇ ਹਾਂ ਜੀ। 3 ਨੰਬਰ ਹੈ, ਗੁਰਬਖਸ਼ ਸਿੰਘ ਦੀ ਮੌਤ ਕਦੋਂ ਹੋਈ? ਆਪਸ਼ਨ ਏ 1971, ਬੀ 1975, ਸੀ 1977, ਡੀ 1979। ਸਹੀ ਆਂਸਰ ਕੁਐਸਚਨ ਨੰਬਰ 3 ਲਈ ਕਰਿਆ ਜਾਵੇ। ਕਾਫੀ ਮਹੱਤਵਪੂਰਨ ਟੌਪਿਕ ਹੈ ਜੀ ਗੁਰਬਖਸ਼ ਸਿੰਘ ਪ੍ਰੀਤਲੜੀ, ਸੋ ਚੰਗੀ ਤਰ੍ਹਾਂ ਇਸ ਨੂੰ ਕਰ ਲਵੋ ਜੀ। ਸੀ ਆਪਸ਼ਨ ਮੋਸਟਲੀ ਆਂਸਰ, ਪਿਛਲੇ ਕੁਐਸਚਨ ਦੇ ਲਈ ਸਭ ਦਾ ਸੀ ਕਰੈਕਟ ਹੈ ਜੀ, ਕੁਐਸਚਨ ਨੰਬਰ 3 ਦੇ ਲਈ ਵੀ ਸਭ ਦਾ ਆ ਰਿਹਾ ਜੀ ਸੀ ਆਪਸ਼ਨ, ਮੋਸਟਲੀ ਸੀ ਆਪਸ਼ਨ। ਫਿਰ ਤੋਂ ਲਗਭਗ ਠੀਕ ਹੈ ਜੀ, ਜਿਹੜੇ ਵੀ 77 ਦੇ ਨਾਲ ਜਾ ਰਹੇ ਆ, 78 ਵੀ ਮਿਲਦਾ ਕਿਤੇ ਕਿਤੇ, ਪਰ ਜ਼ਿਆਦਾ ਸਹੀ ਜਿਹੜਾ 1977 ਹੀ ਮੰਨਿਆ ਜਾਂਦਾ। ਕੁਐਸਚਨ ਨੰਬਰ 4 ਵੱਲ ਵਧਣ ਤੋਂ ਪਹਿਲਾਂ ਜੀ, 20 ਅਗਸਤ 1977 PGI ਚੰਡੀਗੜ੍ਹ ਵਿਖੇ ਇਹਨਾਂ ਦੀ ਡੈਥ ਹੋਈ। ਕੁਐਸਚਨ ਨੰਬਰ, ਗੁਰਬਖਸ਼ ਸਿੰਘ ਦੀ ਪਹਿਲੀ ਵਾਰਤਕ ਪੁਸਤਕ ਕਿਹੜੀ ਸੀ? ਆਪਸ਼ਨ ਏ ਪ੍ਰੀਤ ਮਾਰਗ, ਬੀ ਸਾਵੀ ਪੱਧਰੀ ਜ਼ਿੰਦਗੀ, ਸੀ ਪ੍ਰਸੰਨ ਲੰਮੀ ਉਮਰ, ਡੀ ਜ਼ਿੰਦਗੀ ਦੀ ਰਾਸ। ਕਰੋ ਜੀ ਆਂਸਰ ਕੁਐਸਚਨ ਨੰਬਰ 4 ਦੇ ਲਈ। 4 ਦੇ ਲਈ ਇਹ ਆਪਸ਼ਨ ਸੀ, 3 ਦੇ ਲਈ ਮੋਸਟਲੀ ਇਹ ਆਪਸ਼ਨ ਆ ਰਿਹਾ ਜੀ ਪ੍ਰੀਤ ਮਾਰਗ। ਹਾਂਜੀ ਸਾਰੇ ਹੀ ਪ੍ਰੀਤ ਮਾਰਗ ਆਂਸਰ ਕਰ ਰਹੇ ਆ ਜੀ ਲਗਭਗ, ਠੀਕ ਹੈ ਜੀ। 1936 ਕੁਐਸਚਨ ਨੰਬਰ 5 ਦੇ ਵੱਲ ਵੱਧਦੇ ਹਾਂ ਜੀ। 5 ਨੰਬਰ ਹੈ, ਗੁਰਬਖਸ਼ ਸਿੰਘ ਦੀ ਪਹਿਲੀ ਕਹਾਣੀ ਕਿਹੜੀ ਸੀ? ਆਪਸ਼ਨ ਏ ਅਨੋਖੇ ਅਤੇ ਇਕੱਲੇ, ਬੀ ਵੀਣਾ ਵਿਨੋਦ, ਸੀ ਪ੍ਰਤਿਮਾ, ਡੀ ਇਹਨਾਂ ਵਿੱਚੋਂ ਕੋਈ ਵੀ ਨਹੀਂ। ਕਰੋ ਜੀ ਆਂਸਰ ਕੁਐਸਚਨ ਨੰਬਰ 5 ਦੇ ਲਈ। ਹਾਂਜੀ 5 ਨੰਬਰ ਦੇ ਲਈ ਆਪਸ਼ਨ ਸੀ ਲੇਖ 33-34 ਪ੍ਰਮੁੱਖ ਵੀ ਪਰੋ ਵਿਵਾਦਤ 1913 ਆਂਸਰ ਆ ਰਿਹਾ ਪ੍ਰਤਿਮਾ ਸ਼ਬਦ ਹੀ। ਠੀਕ ਹੈ ਜੀ ਬਿਲਕੁਲ, ਜਿਹੜੇ ਵੀ ਆਂਸਰ ਕਰ ਰਹੇ ਨੇ ਆਪਸ਼ਨ ਸੀ 1913 ਦੇ ਵਿੱਚ ਲਿਖੀ ਹੈ। ਕੁਐਸਚਨ ਨੰਬਰ 6, ਕੁਐਸਚਨ ਨੰਬਰ 6 ਹੈ ਜੀ ਆਪਣੇ ਕੋਲ, ਮਾਸਿਕ ਪੱਤਰ ਬਾਲ ਸੰਦੇਸ਼ ਕਦੋਂ ਸ਼ੁਰੂ ਕੀਤਾ ਗਿਆ? ਆਪਸ਼ਨ 1934, ਬੀ 1936, ਸੀ 1938, ਡੀ 1940। ਦੇਖੋ ਜੀ ਇਹ ਵੀ ਪੁੱਛਿਆ ਜਾ ਸਕਦਾ ਕਿ ਬਾਲ ਸੰਦੇਸ਼ ਜਿਹੜਾ ਪੱਤਰ ਆ ਉਹ ਮਾਸਿਕ ਆ, ਦੈਨਿਕ ਆ, ਜਾਂ ਫਿਰ ਤਿਮਾਹੀ ਆ, ਛਿਮਾਹੀ ਆ, ਕੁਛ ਵੀ ਇਸ ਤਰ੍ਹਾਂ ਪੁੱਛਿਆ ਜਾ ਸਕਦਾ ਹੈ। ਡੀ 1940 ਆਂਸਰ ਆ ਰਿਹਾ ਜੀ। ਠੀਕ ਹੈ ਜੀ ਬਿਲਕੁਲ, ਕਈ ਜਗ੍ਹਾ 'ਤੇ 1942 ਵੀ ਮਿਲਦਾ ਹੈ, ਪਰ ਕਰੈਕਟ ਆਂਸਰ 1940 ਹੀ ਆਪਣਾ ਹੋਵੇਗਾ, ਡੀ ਆਪਸ਼ਨ। ਕੁਐਸਚਨ ਨੰਬਰ 7 ਨੰਬਰ ਹੈ ਜੀ, ਪ੍ਰੀਤਲੜੀ ਮਾਸਿਕ ਪੱਤਰਿਕਾ ਰਸਾਲਾ ਕਦੋਂ ਸ਼ੁਰੂ ਕੀਤਾ ਜਾਂ ਪੱਤਰਿਕਾ ਕਦੋਂ ਸ਼ੁਰੂ ਕੀਤੀ? ਆਪਸ਼ਨ 1931, ਬੀ 1933, ਸੀ 1923, ਡੀ 1913। ਸਹੀ ਆਂਸਰ ਕੁਐਸਚਨ ਨੰਬਰ 7 ਲਈ ਕਰੋ ਜੀ, 7 ਦੇ ਲਈ ਸਭ ਦਾ ਰਟਿਆ ਹੋਇਆ ਕੁਐਸਚਨ ਹੈ ਜੀ। 1933 ਆਂਸਰ ਆ ਰਿਹਾ ਬੀ ਆਪਸ਼ਨ, ਠੀਕ ਹੈ ਜੀ ਸਭ ਦਾ। ਕੁਐਸਚਨ ਨੰਬਰ 8, ਗੁਰਬਖਸ਼ ਸਿੰਘ ਨੂੰ
ਅਭਿਨੰਦਨ ਗ੍ਰੰਥ ਕਦੋਂ ਭੇਟ ਕੀਤਾ ਗਿਆ? ਆਪਸ਼ਨ ਏ 1966, ਬੀ 1968, ਸੀ 1970, ਡੀ 1972। ਕਰੋ ਜੀ ਆਂਸਰ ਕੁਐਸਚਨ ਨੰਬਰ 8 ਦੇ ਲਈ। ਅਭਿਨੰਦਨ ਗ੍ਰੰਥ ਕਦੋਂ ਮਿਲਿਆ ਜੀ ਗੁਰਬਖਸ਼ ਸਿੰਘ ਪ੍ਰੀਤਲੜੀ ਨੂੰ? ਆਂਸਰ ਆ ਰਿਹਾ ਜੀ ਸੀ ਆਪਸ਼ਨ 1970 ਮੋਸਟਲੀ। 7 ਦੇ ਲਈ ਬੀ ਆਪਸ਼ਨ ਸਭ ਦਾ ਕੁਰੈਕਟ, 8 ਦੇ ਲਈ ਆ ਰਿਹਾ ਜੀ ਸੀ ਆਪਸ਼ਨ 1970। ਠੀਕ ਹੈ ਜੀ, ਸਭ ਦਾ ਕੁਐਸਚਨ ਨੰਬਰ 9 ਦੇ ਵੱਲ ਵੱਧਦੇ ਹਾਂ ਜੀ। 9 ਨੰਬਰ, ਅਭਿਨੰਦਨ ਗ੍ਰੰਥ ਕਿੰਨਵੀਂ ਵਰ੍ਹੇਗੰਢ 'ਤੇ ਭੇਟ ਕੀਤਾ ਗਿਆ? ਆਪਸ਼ਨ ਏ 69, ਬੀ 71, ਸੀ 73, ਡੀ 75। ਪਿਛਲੇ ਕੁਐਸਚਨ ਤੋਂ ਅੰਦਾਜ਼ਾ ਤੁਸੀਂ ਲਗਾ ਸਕਦੇ ਹੋ ਜਨਮ ਅਤੇ ਜਿਹੜਾ ਹੁਣੇ ਆਪਾਂ ਕਰਕੇ ਆਏ ਹਾਂ ਕਦੋਂ ਭੇਟ ਕੀਤਾ ਗਿਆ। ਸੋ ਕਿੰਨਵੀਂ ਵਰ੍ਹੇਗੰਢ ਅੰਦਾਜ਼ਾ ਤੁਸੀਂ ਲਗਾ ਸਕਦੇ ਹੋ? ਆਪਸ਼ਨ ਡੀ ਆ ਰਿਹਾ ਸਭ ਦਾ ਆਂਸਰ, 75, ਬਿਲਕੁਲ ਠੀਕ ਹੈ ਜੀ। 95 ਅਤੇ 70, ਠੀਕ ਹੈ ਜੀ। ਕੁਐਸਚਨ ਨੰਬਰ 10 ਹੈ ਜੀ, ਗੁਰਬਖਸ਼ ਸਿੰਘ ਪ੍ਰੀਤਲੜੀ ਨੂੰ ਸੋਵੀਅਤ ਨਹਿਰੂ ਪੁਰਸਕਾਰ ਕਦੋਂ ਪ੍ਰਾਪਤ ਹੋਇਆ? ਆਪਸ਼ਨ ਏ 1967, ਬੀ 1969, ਸੀ 1971 ਅਤੇ ਡੀ 1973। ਕਰੋ ਜੀ ਆਂਸਰ 10 ਨੰਬਰ ਦੇ ਲਈ ਜੀ। 10 ਨੰਬਰ ਦੇ ਲਈ ਸਾਰੇ 1971 ਦੇ ਨਾਲ ਜਾ ਰਹੇ ਨੇ, ਸੀ ਆਪਸ਼ਨ ਠੀਕ ਹੈ ਜੀ ਸਭ ਦਾ। 1971 ਦੇ ਵਿੱਚ ਗੁਰਬਖਸ਼ ਸਿੰਘ ਪ੍ਰੀਤਲੜੀ ਨੂੰ ਸੋਵੀਅਤ ਨਹਿਰੂ ਪੁਰਸਕਾਰ ਪ੍ਰਾਪਤ ਹੋਇਆ ਜੀ। ਕੁਐਸਚਨ ਨੰਬਰ 11 ਜੀ, ਗੁਰਬਖਸ਼ ਸਿੰਘ ਪ੍ਰੀਤਲੜੀ ਨੇ ਪ੍ਰੀਤਨਗਰ ਕਦੋਂ ਵਸਾਇਆ? ਆਪਸ਼ਨ 1933, ਬੀ 1935, ਸੀ 1937, ਡੀ 1938। ਬਹੁਤ ਸਾਰੀਆਂ, ਬਹੁਤ ਜ਼ਿਆਦਾ ਰਚਨਾਵਾਂ ਰਚੀਆਂ ਨੇ ਗੁਰਬਖਸ਼ ਸਿੰਘ ਪ੍ਰੀਤਲੜੀ ਨੇ। ਕਹਾਣੀਕਾਰਾਂ ਦੇ ਵਿੱਚ ਵੀ ਇਹਨਾਂ ਨੂੰ ਸ਼ਾਮਿਲ ਕੀਤਾ ਗਿਆ ਸਿਲੇਬਸ ਦੇ ਵਿੱਚ, ਅਤੇ ਅੱਜ ਦੀ ਕਲਾਸ ਦੇ ਵਿੱਚ ਆਪਾਂ ਕਹਾਣੀਆਂ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕੀਤੀ ਹੈ। ਠੀਕ ਹੈ ਜੀ, ਕਹਾਣੀ ਕੋਈ ਵੀ ਲਗਭਗ ਆਪਾਂ ਸ਼ਾਮਿਲ ਨਹੀਂ ਕੀਤੀ ਹੈ। ਬਾਕੀ ਹੋਰ ਸਾਰੀਆਂ ਵਿਧਾਵਾਂ ਥੋੜ੍ਹਾ ਬਹੁਤ ਆਪਾਂ ਜਾਣਕਾਰੀ ਜ਼ਰੂਰ ਲਵਾਂਗੇ। ਡੀ ਆਂਸਰ ਆ ਰਿਹਾ ਜੀ 1938। ਠੀਕ ਹੈ ਜੀ, ਜਿਹੜੇ ਵੀ 1938 ਦੇ ਨਾਲ ਜਾ ਰਹੇ ਨੇ ਆਪਸ਼ਨ ਡੀ ਦੇ ਨਾਲ। ਕੁਐਸਚਨ ਨੰਬਰ 12 ਵੱਲ ਵਧਣ ਤੋਂ ਪਹਿਲਾਂ ਨੋਟ ਡਾਊਨ ਕਰੋ ਕਿ ਲਾਹੌਰ ਅਤੇ ਅੰਮ੍ਰਿਤਸਰ ਦੇ ਵਿਚਕਾਰ ਲੋਪੋਕੇ ਪਿੰਡ ਦੇ ਵਿੱਚ ਲਗਭਗ ਇਹਨਾਂ ਨੇ ਪ੍ਰੀਤਨਗਰ ਵਸਾਇਆ। ਕੁਐਸਚਨ ਨੰਬਰ 12 ਹੈ ਜੀ, ਪ੍ਰੀਤਨਗਰ ਕਿੰਨੇ ਏਕੜ ਜ਼ਮੀਨ ਵਿੱਚ ਬਣਿਆ ਹੋਇਆ ਹੈ? ਜਾਂ ਪ੍ਰੀਤਨਗਰ ਲਈ ਕਿੰਨੇ ਏਕੜ ਜ਼ਮੀਨ ਖਰੀਦੀ, ਇਹ ਵੀ ਕੁਐਸਚਨ ਆਉਂਦਾ ਹੈ। ਆਪਸ਼ਨ ਏ 11, ਬੀ 17, ਸੀ 15, ਡੀ 21। ਸਭ ਦਾ ਆਂਸਰ ਸੀ ਆਪਸ਼ਨ 15 ਏਕੜ ਆ ਰਿਹਾ ਜੀ, ਬਿਲਕੁਲ ਸਹੀ ਹੈ। ਕੁਐਸਚਨ ਨੰਬਰ 13, ਗੁਰਬਖਸ਼ ਸਿੰਘ ਪ੍ਰੀਤਲੜੀ ਦੀ ਸਵੈ ਜੀਵਨੀ ਦੇ ਕਿੰਨੇ ਭਾਗ ਹਨ? ਆਪਸ਼ਨ ਏ 1, ਬੀ 2, ਸੀ 3, ਡੀ 4। ਕਰੋ ਜੀ ਕੁਐਸਚਨ ਨੰਬਰ 13 ਦੇ ਲਈ ਸਹੀ ਆਂਸਰ। ਸਭ ਦਾ ਆਂਸਰ ਸੀ ਆਪਸ਼ਨ 2 ਵੀ ਆ ਰਿਹਾ ਜੀ, ਮੋਸਟਲੀ ਸੀ 3 ਭਾਗ, ਜਿਹੜੇ ਵੀ ਆਂਸਰ 3 ਭਾਗ ਕਰ ਰਹੇ ਨੇ, ਬਿਲਕੁਲ ਠੀਕ ਹੈ ਜੀ ਸਾਰੇ। ਬਾਕੀ ਕਰਨ ਜੀ ਨੋਟ ਡਾਊਨ, 3 ਕਿਹੜੇ ਕਿਹੜੇ ਜੀ? ਮੇਰੀ ਜੀਵਨ ਕਹਾਣੀ ਭਾਗ ਪਹਿਲਾ, ਠੀਕ ਹੈ ਜੀ, ਇਹਦੇ ਵਿੱਚ 1875 ਤੋਂ 1924 ਤੱਕ ਦੇ ਸਮੇਂ ਦਾ ਵਰਣਨ ਹੈ ਜੀ। ਉਦੋਂ ਬਾਅਦ ਜੀ ਦੂਜਾ ਭਾਗ ਮੰਜ਼ਿਲ ਦਸਵੀਂ, ਤੀਜਾ ਜੀ ਮੇਰੀ ਜੀਵਨ ਕਹਾਣੀ ਭਾਗ 2। ਕੁਐਸਚਨ ਨੰਬਰ 14 ਜੀ, ਪ੍ਰੀਤ ਮਾਰਗ ਪੁਸਤਕ ਦੇ ਕਿੰਨੇ ਭਾਗ ਹਨ? ਆਪਸ਼ਨ ਏ 1, ਬੀ 2, ਸੀ 3, ਡੀ 4। ਆਈ ਥਿੰਕ ਪਿੱਛੇ ਆਂਸਰ ਆ ਹੀ ਚੁੱਕਾ ਹੈ ਇਸ ਕੁਐਸਚਨ ਦੇ ਲਈ, 4 ਭਾਗ ਆਂਸਰ ਆ ਰਿਹਾ ਡੀ ਆਪਸ਼ਨ ਸਭ ਦਾ ਹੀ, ਪ੍ਰੀਤ ਮਾਰਗ ਦੇ 4 ਭਾਗ ਨੇ, ਬਿਲਕੁਲ ਠੀਕ ਹੈ ਜੀ ਸਭ ਦਾ।
ਹਾਂਜੀ, ਚਾਰ ਕਿਹੜੇ ਕਿਹੜੇ ਭਾਗ ਨੇ ਨੋਟ ਡਾਊਨ ਕਰਨਾ ਚਾਹੁੰਦੇ ਹੋ ਕਰ ਸਕਦੇ ਹੋ ਜੀ। ਜੀਵਨ ਸੰਸਾਰ, ਜੀਵਨ ਦੇ ਸਾਧਨ, ਜੀਵਨ ਦੇ ਸੰਬੰਧ, ਜੀਵਨ ਦੀ ਪੂਰਨਤਾ। ਕੁਸ਼ਚਨ ਨੰਬਰ 15 ਵੱਲ ਵੱਧਦੇ ਹਾਂ ਜੀ। 15 ਨੰਬਰ ਜੀ, 15 ਨੰਬਰ ਕੁਸ਼ਚਨ ਹੈ ਜੀ, ਗੁਰਬਖਸ਼ ਸਿੰਘ ਨੂੰ ਆਧੁਨਿਕ ਪੰਜਾਬੀ ਗੱਦ ਦਾ ਉਹ ਲੇਖਕ ਹੋਣ ਦਾ ਮਾਣ ਪ੍ਰਾਪਤ ਹੈ ਜਿਸ ਨੇ ਆਪਣੀ ਜਾਦੂ ਭਰੀ ਕਲਮ ਨਾਲ ਭਾਈ ਵੀਰ ਸਿੰਘ ਦੇ 30 ਸਾਲਾਂ ਪ੍ਰਭਾਵ ਨੂੰ ਖਤਮ ਕਰ ਦਿੱਤਾ। ਇਹ ਸ਼ਬਦ ਕਿਸ ਨੇ ਕਹੇ ਜਾਂ ਇਹ ਕਥਨ ਕਿਸ ਦਾ ਹੈ? ਆਪਸ਼ਨ ਏ ਸੁਰਜੀਤ ਪਾਤਰ, ਬੀ ਪ੍ਰੀਤਮ ਸਿੰਘ, ਸੀ ਪਿਆਰਾ ਸਿੰਘ ਪਦਮ, ਡੀ ਸੰਤ ਸਿੰਘ ਸੇਖੋਂ। ਸਹੀ ਆਂਸਰ ਕੁਸ਼ਚਨ ਨੰਬਰ 15 ਦੇ ਲਈ ਚੁਣਿਆ ਜਾਵੇ, ਬੀ ਆਪਸ਼ਨ ਆ ਰਿਹਾ, ਮੋਸਟਲੀ ਪ੍ਰੀਤਮ ਸਿੰਘ। ਠੀਕ ਹੈ ਜੀ, ਸਭ ਦਾ ਜਿਹੜੇ ਵੀ ਆਂਸਰ ਬੀ ਦੇ ਨਾਲ ਜਾ ਰਹੇ ਆ, ਆਪਸ਼ਨ ਬੀ ਕੁਰੈਕਟ ਹੈ ਜੀ, ਪ੍ਰੀਤਮ ਸਿੰਘ। ਕੁਸ਼ਚਨ ਨੰਬਰ 16, ਕੁਸ਼ਚਨ ਨੰਬਰ 16 ਜੀ, ਕਿਸ ਰਚਨਾ ਕਰਕੇ ਗੁਰਬਖਸ਼ ਸਿੰਘ ਨੂੰ ਪੰਥ ਤੋਂ ਛੇਕਿਆ ਗਿਆ? ਆਪਸ਼ਨ ਏ ਪ੍ਰੀਤ ਮੁਕਟ, ਬੀ ਮਾਂ, ਸੀ ਪੂਰਵ ਪੱਛਮ, ਡੀ ਪਰਮ ਮਨੁੱਖ। ਇਹ ਵੀ ਪੁੱਛਿਆ ਜਾ ਸਕਦਾ ਹੈ ਕਿ ਕਿਹੜੀ ਰਚਨਾ ਵਿਵਾਦਗ੍ਰਸਤ ਹੈ। ਠੀਕ ਹੈ ਜੀ, ਸੋ ਆਂਸਰ ਡੀ ਆ ਰਿਹਾ, ਪਰਮ ਮਨੁੱਖ ਸ਼ਬਦ। ਠੀਕ ਹੈ ਜੀ, ਜਿਹੜੇ ਵੀ ਆਪਸ਼ਨ ਡੀ ਦੇ ਨਾਲ ਜਾ ਰਹੇ ਜੀ, ਬਾਕੀ ਕਰਨ ਜੀ ਨੋਟ ਡਾਊਨ, ਜਿਨ੍ਹਾਂ ਦਾ ਡੀ ਤੋਂ ਸਿਵਾਏ ਕੋਈ ਹੋਰ ਆਂਸਰ ਆਇਆ, ਆਪਸ਼ਨ ਡੀ ਪਰਮ ਮਨੁੱਖ ਸਹੀ ਹੈ ਜੀ। ਕੁਸ਼ਚਨ ਨੰਬਰ 17 ਜੀ, ਗੁਰਬਖਸ਼ ਸਿੰਘ ਸ਼ੁਰੂ ਵਿੱਚ ਕਿਹੜੇ ਦੇਸ਼ ਤੋਂ ਪ੍ਰਭਾਵਿਤ ਸੀ? ਆਪਸ਼ਨ ਏ ਕੈਨੇਡਾ, ਬੀ ਜਪਾਨ, ਸੀ ਇੰਗਲੈਂਡ, ਡੀ ਅਮਰੀਕਾ। ਸਹੀ ਆਂਸਰ ਚੁਣੋ ਕੁਸ਼ਚਨ ਨੰਬਰ 17 ਦੇ ਲਈ। ਹਾਂਜੀ, ਡੀ ਆਪਸ਼ਨ ਮੋਸਟਲੀ ਆਂਸਰ ਆ ਰਿਹਾ ਜੀ, ਅਮਰੀਕਾ। ਠੀਕ ਹੈ ਜੀ, ਜਿਹੜੇ ਵੀ ਆਪਸ਼ਨ ਡੀ ਦੇ ਨਾਲ ਜਾ ਰਹੇ ਆ ਜੀ, ਬਾਕੀ ਕਰਨ ਨੋਟ ਡਾਊਨ। ਕੁਸ਼ਚਨ ਨੰਬਰ 18 ਜੀ, ਆਪਣੇ ਕੋਲ ਪ੍ਰੀਤਲੜੀ ਦੁਆਰਾ ਦਾਦੀ ਜੀ ਨੂੰ ਸਮਰਪਿਤ ਪੁਸਤਕ ਕਿਹੜੀ ਆ? ਆਪਸ਼ਨ ਏ ਸਾਵੀ ਪੱਧਰੀ ਜ਼ਿੰਦਗੀ, ਬੀ ਪ੍ਰਸੰਨ ਲੰਮੀ ਉਮਰ, ਅਤੇ ਸੀ ਹੈ ਜੀ ਇੱਕ ਦੁਨੀਆ ਦੇ 13 ਸੁਪਨੇ, ਡੀ ਜ਼ਿੰਦਗੀ ਦੀ ਕਵਿਤਾ। ਹਾਂਜੀ, ਅਮਰੀਕਾ ਦਾ ਕਾਫ਼ੀ ਪ੍ਰਭਾਵ ਪਿਆ ਸੀ ਅਤੇ ਪ੍ਰੀਤਨਗਰ ਨੂੰ ਵੀ ਕਹਿੰਦੇ ਕਿ ਅਮਰੀਕਾ ਦੇ ਵਾਂਗ ਹੀ ਜੀਵਨ ਵਸਾਉਣ ਦੀ ਉੱਤੇ ਕੋਸ਼ਿਸ਼ ਕੀਤੀ ਗਈ ਸੀ ਇਹਨਾਂ ਦੇ ਵੱਲੋਂ। ਸੋ ਕਰੋ ਜੀ ਆਂਸਰ ਕੁਸ਼ਚਨ ਨੰਬਰ 18 ਦੇ ਲਈ। 18 ਦੇ ਲਈ ਆ ਰਿਹਾ ਜੀ ਬੀ, ਡੀ ਮਿਕਸ ਆਂਸਰ, ਬਾਕੀ ਵੀ ਕਰੋ ਫਟਾਫਟ ਆਂਸਰ ਕੁਸ਼ਚਨ ਨੰਬਰ 18 ਦੇ ਲਈ। ਹਾਂਜੀ, 18 ਨੰਬਰ ਦੇ ਲਈ ਜਿਹੜੇ ਵੀ ਆਪਸ਼ਨ ਡੀ ਦੇ ਨਾਲ ਜਾ ਰਹੇ ਨੇ, ਜ਼ਿੰਦਗੀ ਦੀ ਕਵਿਤਾ ਜੀ, ਜਿਹੜੇ ਵੀ ਜ਼ਿੰਦਗੀ ਦੀ ਕਵਿਤਾ ਆਂਸਰ ਕਰ ਰਹੇ ਆ ਕੋਰੈਕਟ ਆ, ਬਾਕੀ ਕਰਨ ਜੀ ਨੋਟ ਡਾਊਨ। ਕੁਸ਼ਚਨ ਨੰਬਰ 19, ਹਾਂਜੀ, ਪ੍ਰਕਾਸ਼ਨ ਸਾਲੇ ਦਾ 1961 ਹੈ ਜੀ, 21 ਲੇਖ ਹੈ ਇਹਦੇ 'ਚ, ਨੋਟ ਡਾਊਨ ਕਰ ਸਕਦੇ ਹੋ, ਕਈ ਵਾਰੀ ਇੱਦਾਂ ਦੇ ਕੁਸ਼ਚਨ ਵੀ ਪੁੱਛ ਲਏ ਜਾਂਦੇ ਆ। ਕੁਸ਼ਚਨ ਨੰਬਰ 19 ਹੈ ਜੀ, ਬੇਟੀ ਉਮਾ ਨੂੰ ਸਮਰਪਿਤ ਪੁਸਤਕ ਕਿਸ ਦੀ ਹੈ, ਕਿਹੜੀ ਹੈ? ਆਪਸ਼ਨ ਏ ਸਾਵੀ ਪੱਧਰੀ ਜ਼ਿੰਦਗੀ, ਬੀ ਪ੍ਰਸੰਨ ਲੰਮੀ ਉਮਰ, ਸੀ ਇੱਕ ਦੁਨੀਆ ਦੇ 13 ਸੁਪਨੇ, ਡੀ ਜ਼ਿੰਦਗੀ ਦੀ ਕਵਿਤਾ। ਕਰੋ ਜੀ ਆਂਸਰ ਕੁਸ਼ਚਨ ਨੰਬਰ 19 ਦੇ ਲਈ। 19 ਦੇ ਲਈ ਆਪਸ਼ਨ ਏ ਚੁਣਿਆ ਜਾ ਰਿਹਾ ਸਭ ਦੇ ਵੱਲੋਂ, ਸਾਵੀ ਪੱਧਰੀ ਜ਼ਿੰਦਗੀ। ਬਿਲਕੁਲ ਠੀਕ ਆ ਜੀ, ਜਿਹੜੇ ਵੀ ਆਂਸਰ ਏ ਦੇ ਨਾਲ ਜਾ ਰਹੇ ਆ। ਕੁਸ਼ਚਨ ਨੰਬਰ 20 ਦੇ ਵੱਲ ਵੱਧਦੇ ਹਾਂ ਜੀ, 20 ਨੰਬਰ, ਪ੍ਰੀਤਲੜੀ ਨੇ ਆਪਣੀ ਵਿਚਾਰਧਾਰਾ ਨੂੰ ਕਿਹੜੀ ਪੁਸਤਕ ਰਾਹੀਂ ਪੇਸ਼ ਕੀਤਾ? ਆਪਸ਼ਨ ਏ ਇੱਕ ਦੁਨੀਆ ਦੇ 13 ਸੁਪਨੇ, ਬੀ ਸਾਵੀ ਪੱਧਰੀ ਜ਼ਿੰਦਗੀ, ਸੀ ਮੇਰੇ ਝਰੋਖੇ 'ਚੋਂ, ਡੀ ਜ਼ਿੰਦਗੀ ਦੀ ਕਵਿਤਾ। ਚੁਣੋ ਜੀ ਸਹੀ ਆਂਸਰ ਕੁਸ਼ਚਨ ਨੰਬਰ 20 ਦੇ ਲਈ।
ਹਾਂਜੀ 20 ਨੰਬਰ ਦਾ ਏ ਆਪਸ਼ਨ ਆ ਚੁੱਕਾ ਜੀ, ਲਗਭਗ ਸਾਰੇ ਹੀ ਏ ਆਪਸ਼ਨ ਦੇ ਨਾਲ ਜਾ ਰਹੇ ਨੇ, ਸੀ ਵੀ ਆ ਚੁੱਕਾ ਹੈ। ਜਿਹੜੇ ਵੀ ਨਵੇਂ ਵੀਟਰ ਨੇ ਆਪਣੇ ਚੈਨਲ ਦੇ, ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਬਾਉਣਾ ਨਾ ਭੁੱਲਣ, ਤਾਂ ਕਿ ਨੋਟੀਫਿਕੇਸ਼ਨ ਤੁਹਾਨੂੰ ਹਰੇਕ ਮਿਲਦਾ ਰਹੇ। ਸੋ ਆਂਸਰ ਜਿਹੜੇ ਵੀ ਏ ਦੇ ਨਾਲ ਜਾ ਰਹੇ ਆ, ਇੱਕ ਦੁਨੀਆ ਦੇ 13 ਸੁਪਨੇ, ਬਿਲਕੁਲ ਕੁਰੈਕਟ ਹੈ ਜੀ। ਬਾਕੀ ਨੋਟ ਡਾਊਨ ਕਰਨ, ਕੁਸ਼ਚਨ ਨੰਬਰ 21 ਹੈ ਜੀ, ਮੇਰੀਆਂ ਭੁੱਲ ਯਾਦਾਂ ਦੀ ਵਿਧਾ ਕੀ ਹੈ? ਆਪਸ਼ਨ ਏ ਜੀਵਨੀ, ਬੀ ਸਵੈ ਜੀਵਨੀ, ਸੀ ਸੰਸਮਰਣ, ਡੀ ਇਹਨਾਂ ਵਿੱਚੋਂ ਕੋਈ ਵੀ ਨਹੀਂ। ਚੁਣੋ ਜੀ ਸਹੀ ਆਪਸ਼ਨ ਕੁਸ਼ਚਨ ਨੰਬਰ 21 ਦੇ ਲਈ। 21 ਨੰਬਰ ਦੇ ਲਈ ਸੀ ਆਪਸ਼ਨ ਸੰਸਮਰਣ ਆਨਸਰ ਕੀਤਾ ਜਾ ਰਿਹਾ, ਜੋ ਕਿ ਬਿਲਕੁਲ ਕੁਰੈਕਟ ਹੈ ਜੀ। ਸੰਸਮਰਣ ਵਿਧਾ ਜੀ ਇਹਦੀ। ਕੁਸ਼ਚਨ ਨੰਬਰ 22 ਹੈ ਜੀ ਆਪਣੇ ਕੋਲ, ਹਾਂਜੀ ਇਹਦਾ ਪ੍ਰਕਾਸ਼ਨ ਸਾਲ 47 ਹੈ। ਕੁਸ਼ਚਨ ਨੰਬਰ 22, ਪ੍ਰੀਤਲੜੀ ਨੇ ਕਿਸ ਰੂਸੀ ਲਿਖਾਰੀ ਦੇ ਨਾਵਲ ਦਾ ਅਨੁਵਾਦ ਮਾਂ ਕੀਤਾ? ਹਾਂਜੀ ਕਿਸ ਨਾਵਲ ਦਾ ਅਨੁਵਾਦ ਕੀਤਾ ਜੀ, ਕਿਸ ਦੇ? ਆਪਸ਼ਨ ਏ ਰਸਲ, ਬੀ ਗੋਰਕੀ, ਸੀ ਟਾਲਸਟਾਏ, ਡੀ ਇਹਨਾਂ ਵਿੱਚੋਂ ਕੋਈ ਵੀ ਨਹੀਂ। ਕੁਸ਼ਚਨ ਨੰਬਰ 22 ਲਈ ਚੁਣੋ ਜੀ, 22 ਦੇ ਲਈ ਗੋਰਕੀ ਬੀ ਆਪਸ਼ਨ ਮੋਸਟਲੀ ਆਨਸਰ ਆ ਰਿਹਾ। ਠੀਕ ਹੈ ਜੀ, ਬਿਲਕੁਲ ਆਪਸ਼ਨ ਬੀ ਕੁਰੈਕਟ ਹੋਵੇਗਾ। ਕੁਸ਼ਚਨ ਨੰਬਰ 23, 23 ਨੰਬਰ ਹੈ ਜੀ, ਹਾਂਜੀ ਫੁੱਲ ਨੇਮ ਮੈਕਸਿਮ ਗੋਰਕੀ, ਕਨਫਿਊਜ਼ ਨਾ ਹੋ ਜਾਇਓ ਕਿਤੇ, ਕਈ ਵਾਰੀ ਪੂਰਾ ਨਾਂ ਜਾਂ ਅੱਧਾ ਨਾਂ ਯੂਜ਼ ਕਰ ਲਿਆ ਜਾਂਦਾ, ਕਈ ਵਾਰੀ ਪੰਜਾਬੀ ਤੋਂ ਇੰਗਲਿਸ਼ ਦੇ ਵਿੱਚ ਨਾਂ ਵੀ ਯੂਜ਼ ਕਰ ਲਿਆ ਜਾਂਦਾ, ਉਦੋਂ ਵੀ ਕਨਫਿਊਜ਼ ਇਹਨਾਂ ਚੀਜ਼ਾਂ ਨੂੰ ਧਿਆਨ 'ਚ ਰੱਖਿਓ। ਕੁਸ਼ਚਨ ਨੰਬਰ 23 ਹੈ ਜੀ, ਪੰਜਾਬੀ ਸਾਹਿਤ ਵਿੱਚ ਸੰਸਮਰਣ ਦਾ ਆਰੰਭ ਪ੍ਰੀਤਲੜੀ ਦੀ ਕਿਹੜੀ ਰਚਨਾ ਤੋਂ ਹੋਇਆ ਹੈ? ਆਪਸ਼ਨ ਏ ਮੇਰੀਆਂ ਭੁੱਲ ਯਾਦਾਂ, ਬੀ ਮੰਜ਼ਿਲ ਦਿਸ ਪਈ, ਸੀ ਮੇਰੀ ਜੀਵਨ ਕਹਾਣੀ, ਡੀ ਚਿੱਠੀਆਂ ਜੀਤਾਂ ਦੇ ਨਾਂ। ਆਨਸਰ ਏ ਆ ਰਿਹਾ। ਸੋ ਜਿਹੜੇ ਵੀ ਆਨਸਰ ਏ ਦੇ ਨਾਲ ਜਾ ਰਹੇ ਨੇ, ਮੇਰੀਆਂ ਭੁੱਲ ਯਾਦਾਂ, ਬਿਲਕੁਲ ਠੀਕ ਹੈ ਜੀ। ਕੁਸ਼ਚਨ ਨੰਬਰ 24 ਦੇ ਵੱਲ ਵੱਧਦੇ ਹਾਂ ਜੀ। 24 ਨੰਬਰ ਹੈ, ਪ੍ਰੀਤਨਗਰ ਕਦੋਂ ਤਬਾਹ ਹੋ ਗਿਆ? ਆਪਸ਼ਨ ਏ 1945, ਬੀ 1947, ਸੀ 1949, ਡੀ 1951। ਹਾਂਜੀ ਕਰੋ ਜੀ ਆਨਸਰ ਕੁਸ਼ਚਨ ਨੰਬਰ 24 ਦੇ ਲਈ। ਹਾਂਜੀ 24 ਨੰਬਰ ਲਈ ਸਭ ਦਾ ਆਨਸਰ ਆ ਰਿਹਾ 47। ਮੁੜ ਕਦੋਂ ਵਸਾਇਆ, ਜੇ ਕੋਈ ਦੱਸ ਸਕਦਾ ਤਾਂ ਉਹ ਵੀ ਦੱਸੋ ਜੀ। ਸੋ 1947 ਮੋਸਟਲੀ ਆਨਸਰ ਆ ਰਿਹਾ, ਜਿਹੜੇ ਵੀ 1947 ਦੇ ਨਾਲ ਜਾ ਰਹੇ ਆ ਸਾਰੇ ਬਿਲਕੁਲ ਕੁਰੈਕਟ ਹੈ ਜੀ। ਹਾਂਜੀ ਮੁੜ ਕਦੋਂ ਵਸਾਇਆ ਦੱਸੋ ਜੀ, ਜੇਕਰ ਪਤਾ ਕਿਸੇ ਨੂੰ। ਠੀਕ ਹੈ ਜੀ, 1950 ਦੇ ਵਿੱਚ ਮੁੜ ਵਸਾਇਆ। ਕੁਸ਼ਚਨ ਨੰਬਰ 25 ਹੈ ਜੀ, ਪ੍ਰੀਤਲੜੀ ਦੀ ਔਰਤਾਂ ਨੂੰ ਸਮਰਪਿਤ ਪੁਸਤਕ ਕਿਹੜੀ ਹੈ? ਆਪਸ਼ਨ ਏ ਲੰਮੀ ਉਮਰ, ਸੀ ਫੈਸਲੇ ਦੀ ਘੜੀ, ਡੀ ਲਦਰ। ਕੁਸ਼ਚਨ ਨੰਬਰ 25 ਲਈ ਚੁਣੋ ਜੀ ਸਹੀ ਆਪਸ਼ਨ। ਹਾਂਜੀ 25 ਨੰਬਰ ਦੇ ਲਈ ਬੀ ਆ ਚੁੱਕਾ ਹੈ ਆਨਸਰ, ਡੀ ਵੀ ਆ ਰਿਹਾ ਜੀ। ਮਿਕਸ ਜਾਂਸਰ ਮੋਸਟਲੀ ਡੀ ਆਪਸ਼ਨ ਦੇ ਨਾਲ ਜਾ ਰਹੇ ਨੇ, ਖੁੱਲ੍ਹਾਦਾਰ ਬਿਲਕੁਲ ਠੀਕ ਆ ਜੀ, ਖੁੱਲ੍ਹਾਦਾਰ ਜਿਹੜੇ ਵੀ ਆਨਸਰ ਕਰ ਰਹੇ ਨੇ। ਅੱਗੇ ਵੱਧਦੇ ਹਾਂ ਜੀ, ਹਾਂਜੀ ਖੁੱਲ੍ਹਾਦਾਰ ਦਾ 40 ਤੇ ਇਹਦੇ ਵਿੱਚ 21 ਲੇਖ ਨੇ ਟੋਟਲ। ਕੁਸ਼ਚਨ ਨੰਬਰ 26 ਹੈ ਜੀ, ਪ੍ਰੀਤਲੜੀ ਨੇ ਆਪਣੇ ਆਲੋਚਕਾਂ ਲਈ ਕਿਹੜੀ ਪੁਸਤਕ ਲਿਖੀ? ਆਪਸ਼ਨ ਏ ਸਵੈ ਪੂਰਨਤਾ ਦੀ ਲਗਨ, ਬੀ ਫੈਸਲੇ ਦੀ ਘੜੀ, ਸੀ ਇੱਕ ਦੁਨੀਆ ਦੇ 13 ਸੁਪਨੇ, ਡੀ ਪਰਮ ਮਨੁੱਖ। ਕਰੋ ਜੀ ਆਨਸਰ ਕੁਸ਼ਚਨ ਨੰਬਰ 26 ਦੇ ਲਈ। 26 ਨੰਬਰ ਹੈਡਾ ਸੀ, ਸੀ ਅਤੇ ਡੀ ਮਿਕਸ, ਮੋਸਟਲੀ ਸੀ ਆਨਸਰ ਆ ਰਿਹਾ।
ਇੱਕ ਦੁਨੀਆ ਦੇ 13 ਸੁਪਨੇ। ਸੋ ਜਿਹੜੇ ਵੀ ਆਪਸ਼ਨ ਸੀ ਦੇ ਨਾਲ ਜਾ ਰਹੇ ਆ ਬਿਲਕੁਲ ਠੀਕ ਹੈ ਜੀ ਸਭ ਦਾ। ਇੱਕ ਦੁਨੀਆ ਦੇ 13 ਸੁਪਨੇ ਇਹਦਾ ਵੀ ਪ੍ਰਕਾਸ਼ਨ ਸਾਲ 1947 ਹੈ ਜੀ। ਕੁਸ਼ਚਨ ਨੰਬਰ 27 ਹੈ ਜੀ, ਨਵਾਂ ਸ਼ਿਵਾਲਾ ਦਾ ਪ੍ਰਕਾਸ਼ਨ ਸਾਲ ਦੱਸੋ। ਆਪਸ਼ਨ ਏ 1943, ਬੀ 1945, ਸੀ 1947, ਡੀ 1949। ਚੁਣੋ ਜੀ ਸਹੀ ਆਪਸ਼ਨ ਕੁਸ਼ਚਨ ਨੰਬਰ 27 ਦੇ ਲਈ। ਨਵਾਂ ਸ਼ਿਵਾਲਾ ਪ੍ਰਕਾਸ਼ਨ ਸਾਲ, ਹਾਂਜੀ 26, 27, 27 ਦੇ ਲਈ ਆ 1947 ਆਂਸਰ ਆ ਰਿਹਾ ਜੀ। ਹੈਲੋ ਜੀ, ਵੈਲਕਮ ਜੀ। ਬੀ ਸੀ ਮੈਕਸ ਆਂਸਰ, ਮੋਸਟਲੀ ਸੀ ਆ ਰਿਹਾ ਜੀ, 1947 ਠੀਕ ਹੈ ਜੀ। ਜਿਹੜੇ ਵੀ 1947 ਦੇ ਨਾਲ ਜਾ ਰਹੇ ਆ, ਬਾਕੀ ਨੋਟ ਡਾਊਨ ਕਰਨ। ਕੁਸ਼ਚਨ ਨੰਬਰ 28 ਵੱਲ ਵਧਦੇ ਹਾਂ ਜੀ। 21 ਲੇਖ ਹੈ ਨਵਾਂ ਸ਼ਿਵਾਲਾ ਦੇ ਵਿੱਚ, ਕੁਸ਼ਚਨ ਨੰਬਰ 28 ਹੈ ਜੀ, ਕਿਸ ਪੁਸਤਕ ਦੇ ਵਿੱਚ ਲੇਖਕ ਨੇ ਮੰਦਰ ਬਣਵਾਉਣ ਦਾ ਜ਼ਿਕਰ ਕੀਤਾ ਹੈ। ਕਿਸ ਪੁਸਤਕ ਵਿੱਚ ਲੇਖਕ ਨੇ ਮੰਦਰ ਬਣਵਾਉਣ ਦਾ ਜ਼ਿਕਰ ਕੀਤਾ ਹੈ? ਆਪਸ਼ਨ ਏ ਨਵਾਂ ਸ਼ਿਵਾਲਾ, ਬੀ ਫੈਸਲੇ ਦੀ ਘੜੀ, ਸੀ ਇੱਕ ਦੁਨੀਆ ਦੇ 13 ਸੁਪਨੇ, ਅਤੇ ਡੀ ਪਰਮ ਮਨੁੱਖ। ਸਹੀ ਆਂਸਰ ਕੁਸ਼ਚਨ ਨੰਬਰ 28 ਲਈ ਚੁਣਿਆ ਜਾਵੇ ਜੀ। 28 ਦੇ ਲਈ ਇਹ ਆਪਸ਼ਨ ਆ ਰਿਹਾ ਜੀ, ਹਾਂਜੀ 47 ਅਤੇ 48 ਜ਼ਿਆਦਾਤਰ ਨੇ। ਇਹ ਆਪਸ਼ਨ ਆਂਸਰ ਆ ਰਿਹਾ ਨਵਾਂ ਸ਼ਿਵਾਲਾ, ਠੀਕ ਹੈ ਜੀ ਸਭ ਦਾ, ਜਿਹੜੇ ਵੀ ਇਹ ਆਪਸ਼ਨ ਦੇ ਨਾਲ ਜਾ ਰਹੇ ਆ। ਬਾਕੀ ਨੋਟ ਡਾਊਨ ਕਰਨ। ਕੁਸ਼ਚਨ ਨੰਬਰ 29 ਦੇ ਵੱਲ ਵੱਧਦੇ ਹਾਂ ਜੀ। ਕੁਸ਼ਚਨ ਨੰਬਰ 29 ਹੈ ਜੀ, ਪ੍ਰੀਤਲੜੀ ਨੂੰ ਨਿਬੰਧਕਾਰ ਦੀ ਕਿਸ ਸ਼੍ਰੇਣੀ ਵਿੱਚ ਰੱਖਿਆ ਜਾਂਦਾ ਹੈ? ਆਪਸ਼ਨ ਏ ਯਥਾਰਥਵਾਦੀ, ਬੀ ਰੋਮਾਂਟਿਕ, ਸੀ ਜੁਝਾਰਵਾਦੀ, ਡੀ ਇਹਨਾਂ ਵਿੱਚੋਂ ਕੋਈ ਵੀ ਨਹੀਂ। 29 ਨੰਬਰ ਦੇ ਲਈ ਸਹੀ ਆਂਸਰ ਚੁਣਿਆ ਜਾਵੇ। ਕੁਸ਼ਚਨ ਨੰਬਰ 29, ਨਿਬੰਧਕਾਰ ਦੀ ਕਿਹੜੀ ਸ਼੍ਰੇਣੀ ਦੇ ਵਿੱਚ ਰੱਖਿਆ ਜਾਂਦਾ ਪ੍ਰੀਤਲੜੀ ਨੂੰ? 29 ਦਾ ਆਂਸਰ ਆ ਰਿਹਾ ਜੀ ਆਪਸ਼ਨ ਬੀ, ਰੋਮਾਂਟਿਕ, ਮੋਸਟਲੀ ਬੀ ਆਪਸ਼ਨ, ਠੀਕ ਹੈ ਜੀ। ਜਿਹੜੇ ਵੀ ਆਪਸ਼ਨ ਬੀ ਦੇ ਨਾਲ ਜਾ ਰਹੇ ਆ, ਰੋਮਾਂਟਿਕ। ਕੁਸ਼ਚਨ ਨੰਬਰ 30 ਹੈ ਜੀ ਆਪਣੇ ਕੋਲ, ਲਫਜ਼ਾਂ ਦਾ ਜਾਦੂਗਰ ਕਿਸ ਨੂੰ ਕਿਹਾ ਜਾਂਦਾ? ਆਪਸ਼ਨ ਏ ਸੁਰਜੀਤ ਪਾਤਰ, ਬੀ ਸ਼ਿਵ ਕੁਮਾਰ, ਸੀ ਗੁਰਬਖਸ਼ ਸਿੰਘ, ਡੀ ਤੇਜਾ ਸਿੰਘ। ਸਹੀ ਆਂਸਰ ਕੁਸ਼ਚਨ ਨੰਬਰ 30 ਲਈ ਚੁਣੋ ਜੀ। ਈਜ਼ੀ ਕੁਸ਼ਚਨ ਹੈ ਜੀ, ਸਭ ਤੋਂ ਸੌਖਾ ਕੁਸ਼ਚਨ ਕਹਿ ਸਕਦੇ ਹੋ। ਸੋ ਠੀਕ ਹੈ ਜੀ, ਜਿਹੜੇ ਵੀ ਆਂਸਰ ਸੀ ਦੇ ਨਾਲ ਜਾ ਰਹੇ ਆ, ਗੁਰਬਖਸ਼ ਸਿੰਘ, ਪ੍ਰੀਤਲੜੀ। ਕੁਸ਼ਚਨ ਨੰਬਰ 31, 31 ਨੰਬਰ ਹੈ ਜੀ ਆਪਣੇ ਕੋਲ, ਗੁਰਬਖਸ਼ ਸਿੰਘ ਪ੍ਰੀਤਲੜੀ ਦੀਆਂ ਰਚਨਾਵਾਂ ਦਾ ਕੇਂਦਰੀ ਸੰਕਲਪ ਡੈਸ਼ ਹੈ? ਆਪਸ਼ਨ ਏ ਧਰਮ, ਬੀ ਰਾਜਨੀਤੀ, ਸੀ ਸਮਾਜ। ਕਰੋ ਜੀ ਆਂਸਰ ਕੁਸ਼ਚਨ ਨੰਬਰ 31 ਦੇ ਲਈ। ਇਹ ਵੀ ਬਿਲਕੁਲ ਈਜ਼ੀ ਕੁਸ਼ਚਨ ਹੈ, ਹਾਂਜੀ ਪ੍ਰੀਤ ਪਿਆਰ, ਆਂਸਰ ਡੀ ਆ ਰਿਹਾ ਸਭ ਦਾ, ਠੀਕ ਹੈ ਜੀ। ਜਿਹੜੇ ਵੀ ਆਂਸਰ ਡੀ ਕਰ ਰਹੇ ਆ, ਆਪਸ਼ਨ ਡੀ ਕੁਰੈਕਟ ਹੋਵੇਗਾ। ਕੁਸ਼ਚਨ ਨੰਬਰ 32, ਨਵਾਂ ਸ਼ਿਵਾਲਾ ਨਿਬੰਧ ਸੰਗ੍ਰਹਿ ਦਾ ਮਜ਼ਮੂਨ ਹੈ, ਯਾਨੀ ਕਿ ਵਿਸ਼ਾ ਹੈ? ਆਪਸ਼ਨ ਏ ਜ਼ਿੰਦਗੀ ਕਲਾ ਦਾ ਇੱਕ ਟੁਕੜਾ, ਬੀ ਕਲਾਕਾਰ ਦਾ ਫਰਜ਼, ਸੀ ਕਲਾ ਭਾਵਨਾਵਾਂ ਦੀ ਬੋਲੀ, ਡੀ ਉਪਰੋਕਤ ਸਾਰੇ। ਕਰੋ ਜੀ ਆਂਸਰ ਕੁਸ਼ਚਨ ਨੰਬਰ 32 ਦੇ ਲਈ। 32 ਦੇ ਲਈ ਡੀ ਆਪਸ਼ਨ ਸਾਰੇ ਆ ਚੁੱਕਾ ਹੈ। ਜਸਪ੍ਰੀਤ ਜੀ ਵੀਡੀਓ ਕਾਫੀ ਪਿੱਛੇ ਚੱਲ ਰਹੀ ਹੈ, 32 ਨੰਬਰ ਕੁਸ਼ਚਨ ਕਰ ਰਹੇ ਹਾਂ, ਤੁਹਾਡਾ 30 ਨੰਬਰ ਦਾ ਆਂਸਰ ਆ ਰਿਹਾ, ਡੀ ਆਪਸ਼ਨ ਮੋਸਟਲੀ ਆਂਸਰ ਆ ਰਿਹਾ ਉਪਰੋਕਤ ਸਾਰੇ, ਠੀਕ ਆ ਜੀ। ਇਸ ਤੋਂ ਇਲਾਵਾ ਇੱਕ ਹੋਰ ਕੁਸ਼ਚਨ ਇੱਥੇ ਬਣਦਾ ਕਿ ਨਵਾਂ ਸ਼ਿਵਾਲਾ ਸੰਗ੍ਰਹਿ ਦੇ ਕਿੰਨੇ ਮਜ਼ਮੂਨ ਹਨ, ਕਿੰਨੇ ਵਿਸ਼ੇ ਹਨ? 1, 2 ਅਤੇ 3, ਯਾਦ ਰੱਖਿਓ ਜੀ, ਠੀਕ ਹੈ ਜੀ। ਕੁਸ਼ਚਨ ਨੰਬਰ 33, ਪਿਆਰ ਕਬਜ਼ਾ ਨਹੀਂ ਪਹਿਚਾਣ ਹੈ ਕਿਸ ਦਾ ਸੰਕਲਪ ਹੈ? ਆਪਸ਼ਨ ਏ ਤੇਜਾ ਸਿੰਘ, ਬੀ ਸੰਤ ਸਿੰਘ ਸੇਖੋਂ, ਸੀ ਗੁਰਬਖਸ਼ ਸਿੰਘ, ਡੀ ਇਹਨਾਂ ਵਿੱਚੋਂ ਕੋਈ ਵੀ ਨਹੀਂ। ਕੁਸ਼ਚਨ ਨੰਬਰ 33, ਕਰੋ ਜੀ ਸਹੀ ਆਂਸਰ,
ਹਾਂਜੀ 33 ਨੰਬਰ ਦੇ ਲਈ ਕਰੈਕਟ ਆਨਸਰ ਈਜ਼ੀ ਹੈ ਬਿਲਕੁਲ ਜੀ, ਕਿਉਂਕਿ ਸਿੰਗਲ ਟੌਪਿਕ ਹੈ। ਠੀਕ ਹੈ ਜੀ, ਗੁਰਬਖਸ਼ ਸਿੰਘ ਜੀ ਨੇ ਵੀ ਆਨਸਰ ਕਰਿਆ। ਹਾਂਜੀ ਕੁਐਸਚਨ ਨੰਬਰ 34, ਕਲਾ ਕਲਾ ਦੇ ਲਈ ਨਹੀਂ, ਕਲਾ ਸਮਾਜ ਦੇ ਲਈ ਕਿਸ ਦਾ ਮੁੱਖ ਉਦੇਸ਼ ਹੈ? ਆਪਸ਼ਨ ਏ ਤੇਜਾ ਸਿੰਘ, ਬੀ ਸੰਤ ਸਿੰਘ ਸੇਖੋਂ, ਸੀ ਗੁਰਬਖਸ਼ ਸਿੰਘ, ਡੀ ਇਹਨਾਂ ਵਿੱਚੋਂ ਕਿਸੇ ਦਾ ਵੀ ਨਹੀਂ। ਕਰੋ ਜੀ ਆਨਸਰ ਕੁਐਸਚਨ ਨੰਬਰ 34 ਦੇ ਲਈ। 34 ਦਾ ਵੀ ਸਬਦ ਆਪਸ਼ਨ ਸੀ ਆਨਸਰ ਆ ਰਿਹਾ ਜੀ, ਗੁਰਬਖਸ਼ ਸਿੰਘ, ਬਿਲਕੁਲ ਠੀਕ ਹੈ ਜੀ। ਇੱਕ ਹੋਰ ਕੁਐਸਚਨ ਇੱਥੇ ਬਣਦਾ ਕਿ ਕਲਾ ਕਲਾ ਦੇ ਲਈ ਇਹ ਕਿਸ ਦਾ ਕਥਨ ਹੈ? ਦੱਸੋ ਜੀ ਜੇਕਰ ਕਿਸੇ ਨੂੰ ਪਤਾ ਹੈ, ਕਲਾ ਕਲਾ ਦੇ ਲਈ ਕਿਸ ਦਾ ਕਥਨ ਹੈ, ਜਾਂ ਕਿਸ ਦਾ ਉਦੇਸ਼ ਹੈ, ਜਾਂ ਕਿਸ ਦਾ ਸੰਕਲਪ ਹੈ ਕਲਾ ਕਲਾ ਦੇ ਲਈ? ਕਮੈਂਟ ਬਾਕਸ ਦੇ ਵਿੱਚ ਕਰ ਦਿਓ ਜੀ ਆਨਸਰ ਜੀ। ਮਹੱਤਵਪੂਰਨ ਤੱਥਾਂ ਤੋਂ ਬਾਅਦ ਮਹੱਤਵਪੂਰਨ ਰਚਨਾਵਾਂ ਨੇ, ਹਜੇ ਕਾਫੀ ਕਲਾਸ ਬਾਕੀ ਪਈ ਹੈ। ਸੋ ਪਹਿਲਾ ਜਿਹੜਾ ਮਹੱਤਵਪੂਰਨ ਤੱਥ ਹੈ ਜੀ, ਗੁਰਬਖਸ਼ ਸਿੰਘ ਪ੍ਰੀਤਲੜੀ ਇੱਕ ਕਹਾਣੀਕਾਰ, ਨਾਵਲਕਾਰ, ਨਾਟਕਕਾਰ, ਵਾਰਤਕਾਰ ਅਤੇ ਸੰਪਾਦਕ ਸਨ। ਦੂਜਾ ਜੀ, 10ਵੀਂ ਤੋਂ ਬਾਅਦ ਉਹਨਾਂ ਨੇ 15 ਰੁਪਏ ਮਹੀਨੇ ਦੇ ਵਿੱਚ ਕਲਰਕ ਦੀ ਨੌਕਰੀ ਕਰ ਲਈ ਸੀ। ਇਸ ਤੋਂ ਬਾਅਦ ਜੀ 1924 ਦੇ ਵਿੱਚ, 24 ਤੋਂ ਲੈ ਕੇ 32 ਤੱਕ ਭਾਰਤੀ ਰੇਲਵੇ ਵਿੱਚ ਇੰਜੀਨੀਅਰਿੰਗ ਦੀ ਨੌਕਰੀ ਕੀਤੀ। ਨੌਸ਼ਹਿਰੇ ਦੇ ਵਿੱਚ ਸਮਾਧ, ਅਕਾਲੀ ਫੂਲਾ ਸਿੰਘ ਦੇ ਗੁਰਦੁਆਰੇ ਦੇ ਮੈਨੇਜਰ ਦੇ ਪਦ 'ਤੇ ਵੀ ਰਹੇ 32 ਤੋਂ ਬਾਅਦ। 33 ਜੀ ਤੁਹਾਨੂੰ ਪਤਾ ਹੀ ਹੈ, ਅਤੇ 1939 ਤੋਂ ਪ੍ਰੀਤਲੜੀ ਦਾ ਹਿੰਦੀ ਪ੍ਰਕਾਸ਼ਨ ਵੀ ਕੀਤਾ ਗਿਆ, ਪਰ ਪਾਠਕਾਂ ਦੀ ਘਾਟ ਦੇ ਕਰਕੇ ਇਸ ਨੂੰ ਬੰਦ ਕਰਨਾ ਪਿਆ। ਕੁਝ ਸਮਾਂ ਉਰਦੂ ਦੇ ਵਿੱਚ ਵੀ ਇਹ ਪ੍ਰਕਾਸ਼ਿਤ ਹੁੰਦੀ ਰਹੀ ਪੱਤਰਿਕਾ ਪ੍ਰੀਤਲੜੀ। ਠੀਕ ਹੈ ਜੀ, ਸੋ ਪੁੱਛਿਆ ਜਾ ਸਕਦਾ ਕਿ ਕਿਹੜੀ ਕਿਹੜੀ ਭਾਸ਼ਾ ਦੇ ਵਿੱਚ ਪ੍ਰਕਾਸ਼ਿਤ ਹੁੰਦੀ ਰਹੀ, ਯਾਦ ਰੱਖਿਆ ਜੀ। ਅਗਲਾ ਪੁਆਇੰਟ ਹੈ ਜੀ ਗੁਰਬਖਸ਼ ਸਿੰਘ ਪ੍ਰੀਤਲੜੀ ਦੇ ਸੰਪਾਦਿਤ ਲੇਖ, ਇਹ ਰਚਨਾ ਹੈ ਜੀ। ਠੀਕ ਹੈ ਜੀ, ਇਸਦਾ ਸੰਪਾਦਨ ਕੀਤਾ ਜੀ ਰਤਨ ਸਿੰਘ ਜੱਗੀ ਨੇ। ਇਹਦੇ ਵਿੱਚ ਗੁਰਬਖਸ਼ ਸਿੰਘ ਪ੍ਰੀਤਲੜੀ ਦੇ ਲੇਖਾਂ ਦੀ ਜਿਹੜੀ ਵੰਡ ਹੈ ਉਸਨੂੰ ਵਿਸ਼ੇ ਦੇ ਪੱਖ ਤੋਂ 8 ਭਾਗਾਂ ਦੇ ਵਿੱਚ ਵੰਡਿਆ ਜੀ। ਹਾਂਜੀ ਵਿਵਾਦ ਵਾਲਾ ਥੋੜ੍ਹਾ ਜਿਹਾ ਕੁਐਸਚਨ ਕਹਿ ਸਕਦੇ ਹੋ। ਪੰਜਾਬੀ ਕੀ ਪਹਿਲਾ ਨਾਟਕ ਸੀ ਜਿਹੜਾ ਰਾਜਕੁਮਾਰੀ ਲਤਕਾ ਮੰਨਿਆ ਜਾਂਦਾ, ਜੋ ਕਿ 1939 ਦੇ ਵਿੱਚ ਸੀ। ਕਾਫੀ ਹੱਦ ਤੱਕ ਇਸ ਨੂੰ ਸਹੀ ਵੀ ਮੰਨਿਆ ਜਾਂਦਾ, ਪਰ ਕਿਤੇ ਕਿਤੇ ਪਹਿਲਾ ਨਾਟਕ ਪ੍ਰੀਤ ਮੁਕਟ ਵੀ ਮਿਲਦਾ, ਜੋ ਕਿ 1922-23 ਦੇ ਵਿੱਚ ਲਿਖਣ ਦਾ ਜ਼ਿਕਰ ਕੀਤਾ ਜਾਂਦਾ। ਠੀਕ ਹੈ ਜੀ, ਸਭ ਤੋਂ ਕੁਰੈਕਟ ਆਪਸ਼ਨ ਵੈਸੇ ਇਸ ਨੂੰ ਹੀ ਮੰਨਿਆ ਜਾਂਦਾ, ਬਾਕੀ ਇਨਫੋਰਮੇਸ਼ਨ ਦੇ ਲਈ ਇਸ ਨੂੰ ਵੀ ਯਾਦ ਰੱਖਣਾ, ਕਿਉਂਕਿ ਆਪਸ਼ਨ 'ਚ ਕਈ ਵਾਰੀ ਇਹ ਹੁੰਦਿਆਂ ਨਹੀਂ, ਅਤੇ ਜਿਹੜਾ ਵੀ ਹੋਵੇਗਾ ਉਹਦੇ ਅਕੋਰਡਿੰਗ ਤੁਹਾਨੂੰ ਆਨਸਰ ਕਰਨਾ ਹੋਵੇਗਾ। 8ਵਾਂ ਪੁਆਇੰਟ ਹੈ ਜੀ, ਗੁਰਬਖਸ਼ ਸਿੰਘ ਦੀ ਪਹਿਲੀ ਰਚਨਾ ਪ੍ਰਤਿਮਾ ਮੰਨੀ ਜਾਂਦੀ ਹੈ 1913 ਦੇ ਵਿੱਚ। ਹਾਂਜੀ ਰੰਗਮੰਚ ਦੀ ਪਹਿਲੀ ਅਦਾਕਾਰਾ ਉਮਾ ਗੁਰਬਖਸ਼ ਸਿੰਘ ਸੀ, ਇਹ ਸੀ ਗੁਰਬਖਸ਼ ਪ੍ਰੀਤਲੜੀ ਦੀ ਬੇਟੀ। ਉਦੋਂ ਬਾਅਦ ਜੀ ਮਹੱਤਵਪੂਰਨ ਸਤਰਾਂ ਨੇ, ਜਿਹੜੀਆਂ ਕਿ ਪ੍ਰੀਤਲੜੀ ਰਸਾਲੇ ਦੇ ਟਾਈਟਲ ਸਫ਼ੇ 'ਤੇ ਛਪਦੀਆਂ ਨੇ। ਕਿਸੇ ਦਿਲ ਸਾਂਝੇ ਦੀ ਧੜਕਣ, ਕਿਸੇ ਪ੍ਰੀਤ ਗੀਤ ਦੀ ਲੈ, ਇਹ ਵੀ ਪੁੱਛਿਆ ਜਾ ਸਕਦਾ ਕਿ ਇਹ ਕਿਸ ਰਸਾਲੇ 'ਚ ਛਪਦੀਆਂ ਨੇ ਜਾਂ ਕਿਸ ਨਾਲ ਇਹਦਾ ਸੰਬੰਧ ਹੈ। ਠੀਕ ਹੈ ਜੀ, ਅੱਗੇ ਹੈ ਜੀ ਸਨਮਾਨ। ਸਨਮਾਨ ਦੇ ਵਿੱਚ ਜ਼ਰੂਰੀ ਹੈ ਜਿਹੜੀਆਂ ਗੱਲਾਂ ਉਹ ਯਾਦ ਕਰ ਲਓ ਜੀ, ਕਿ ਭਾਸ਼ਾ ਵਿਭਾਗ ਵੱਲੋਂ ਵਰ੍ਹੇ ਦਾ ਸਾਹਿਤਕਾਰ ਪੁਰਸਕਾਰ ਵੀ ਦਿੱਤਾ ਗਿਆ, ਭਾਸ਼ਾ ਵਿਭਾਗ ਵੱਲੋਂ 3 ਵਾਰ ਪਹਿਲਾ ਸਾਹਿਤਕਾਰ ਪੁਰਸਕਾਰ ਵੀ ਦਿੱਤਾ ਗਿਆ। ਇਦੋਂ ਇਲਾਵਾ ਮਹੱਤਵਪੂਰਨ ਨਿਬੰਧਾਂ ਦੀ ਗੱਲ ਕਰੀਏ ਜਾਂ ਨਿਬੰਧ ਸੰਗ੍ਰਹਿਆਂ ਦੀ ਕਰੀਏ ਤਾਂ ਪ੍ਰੀਤਮਾਰਗ 1934 ਦੇ ਵਿੱਚ, ਖੁੱਲ੍ਹਾ ਦਰ 1940, ਫੈਸਲੇ ਦੀ ਘੜੀ 1941, ਸਾਵੀ ਪੱਧਰੀ ਜ਼ਿੰਦਗੀ 1943, ਮਨੋਰ ਸ਼ਖਸੀਅਤ 43,
ਮੇਰੇ ਚਰੋਖੇ 'ਚ 1946, ਸਾਡੀ ਹੋਣੀ ਦਾ ਲਿਸ਼ਕਾਰ 1946, ਮੇਰੀਆਂ ਅਪੁੱਲ ਯਾਦਾਂ, ਸਪੈਲਿੰਗ ਥੋੜ੍ਹੀ ਜਿਹੀ ਮਿਸਟੇਕ ਹੋ ਗਈ ਜੀ, ਮੇਰੀਆਂ ਅਪੁੱਲ ਯਾਦਾਂ 1947, ਪ੍ਰਸੰਨ ਲੰਮੀ ਉਮਰ 1947, ਇੱਕ ਦੁਨੀਆ ਦੇ 13 ਸੁਪਨੇ 1947, ਸਵੈਪੂਰਨਤਾ ਦੀ ਲਗਨ 1947, ਨਵਾਂ ਸ਼ਿਵਾਲਾ 1947, ਇਹਦਾ ਥੋੜ੍ਹਾ ਜਿਹਾ ਮੈਨੂੰ ਡਾਊਟ ਆ, ਨਵਾਂ ਸ਼ਿਵਾਲਾ 43 ਅਤੇ 47 ਦੋਵੇਂ ਆਈ ਥਿੰਕ ਮਿਲਦੇ ਆ। ਪੱਕਦੀ ਜੀਵਨ ਚੰਗਿਆੜੀ 1950, ਜ਼ਿੰਦਗੀ ਦੀ ਰਾਸ 57, ਇੱਕ ਚਾਤ ਪੂਰਬ ਤੋਂ ਪੱਛਮ ਵੱਲ, ਕੋਸ਼ਿਸ਼ ਕਾਫੀ ਕੀਤੀ ਕਿ ਜਿਹੜੇ ਸਾਲ ਆ ਕਿ ਸਹੀ ਹੀ ਹੋਣ, ਬਟ ਹੋ ਸਕਦਾ ਕਿਸੇ 'ਚ ਇੱਕ ਅੱਧੇ 'ਚ ਕਨਫਿਊਜ਼ਨ ਹੋ ਗਈ ਹੋਵੇ। ਸਾਵੀ ਪੱਧਰੀ ਜ਼ਿੰਦਗੀ ਆਈ ਥਿੰਕ ਆਪਾਂ ਪਿੱਛੇ ਵੀ ਕਰਕੇ ਆਏ ਹਾਂ ਕੁਸ਼ਚਨਸ ਦੇ ਵਿੱਚ, ਪ੍ਰਸੰਨ ਲੰਮੀ ਉਮਰ, ਸਵੈਪੂਰਨਤਾ ਦੀ ਲਗਨ, ਇੱਕ ਦੁਨੀਆ ਦੇ 13 ਸੁਪਨੇ, ਨਵਾਂ ਸ਼ਿਵਾਲਾ, ਜ਼ਿੰਦਗੀ ਦੀ ਰਾਸ, ਪਰਮ ਮਨੁੱਖ, ਮੇਰੇ ਝਰੋਖੇ 'ਚੋਂ, ਅਸਲ 'ਚ ਇਹ ਸਾਲ ਵਾਲੇ ਅਲੱਗ ਸੀ ਇਸ ਕਰਕੇ ਰਿਪੀਟ ਹੋ ਗਿਆ ਕੁਛ। ਰੋਜ਼ਾਨਾ ਜੀਵਨ ਦੀ ਸਿੱਖਿਆ, ਖੁੱਲ੍ਹਾ ਦਰ, ਪ੍ਰੀਤ ਮਾਰਗ, ਫੈਸਲੇ ਦੀ ਘੜੀ, ਜ਼ਿੰਦਗੀ ਵਾਰਸਾ, ਖੁਸ਼ਹਾਲ ਜੀਵਨ, ਨਵੀਆਂ ਤਕਦੀਰਾਂ ਦੀ ਫੁੱਲ ਤਿਆਰੀ, ਇਹ ਜੱਗ ਸਾਡਾ, ਸਮੇਂ ਦੇ ਪੈਰ ਚਿੱਤਰ, ਠੀਕ ਹੈ ਜੀ। ਇਹਨਾਂ ਤੋਂ ਇਲਾਵਾ ਸੁਖਾਵੀਂ ਸੁਥਰੀ ਜ਼ਿੰਦਗੀ, ਚੰਗੇਰੀ ਦੁਨੀਆ, ਤਾਜ ਅਤੇ ਸਰੂ, ਨਵੀਂ ਤਕੜੀ ਦੁਨੀਆ, ਰੀਝਾਂ ਦੀ ਖੱਡੀ, ਸਾਰੀਆਂ ਰਚਨਾਵਾਂ ਮਹੱਤਵਪੂਰਨ ਨੇ। ਚੰਗੀ ਤਰ੍ਹਾਂ ਮਾਇੰਡ 'ਚ ਬਿਠਾ ਲਓ, ਜ਼ਿੰਦਗੀ ਦੀ ਕਵਿਤਾ, ਕੁਦਰਤੀ ਮਜ਼ਹਬ, ਅਨੁਵਾਦ ਵੀ ਕੀਤੇ ਇਹਨਾਂ ਨੇ, ਅਨੁਵਾਦ ਦੇ ਵਿੱਚ ਸੁਪਨੇ ਆਖਰੀ ਸ਼ਬਦ, ਮੋਲੀਅਰ ਦੇ ਨਾਟਕ ਗੋਰਖੀ ਦੀ ਰਚਨਾ ਦਾ ਅਨੁਵਾਦ ਕੀਤਾ ਸੀ, ਮਾਂ ਦੇ ਸਿਰਲੇਖ ਹੇਠ, ਘਾਹ ਦੀਆਂ ਪੱਤੀਆਂ, ਅਸਮਾਨੀ ਮਾਂ ਨਦੀ, ਜ਼ਿੰਦਗੀ ਦੇ ਰਾਹ, ਜ਼ਿੰਦਗੀ ਦੇ ਰਾਹਾਂ, ਅਤੇ ਇਹ ਸਾਰੀਆਂ ਹੀ ਅਨੁਵਾਦਿਤ ਰਚਨਾਵਾਂ ਨੇ। ਸਵੈ ਜੀਵਨੀਆਂ ਅਤੇ ਯਾਦਾਂ ਦੇ ਵਿੱਚ ਮੇਰੀਆਂ ਭੁੱਲ ਯਾਦਾਂ, ਮੰਜ਼ਿਲ ਦਿਸਪੀ, ਮੇਰੀ ਜੀਵਨ ਕਹਾਣੀ, ਚਿੱਠੀਆਂ ਜੀਤਾਂ ਦੇ ਨਾਂ, ਇਹ ਸਾਰੀਆਂ ਹੀ ਮਹੱਤਵਪੂਰਨ ਨੇ। ਨਾਵਲਾਂ ਦੀ ਗੱਲ ਕਰੀਏ ਤਾਂ ਆਣ ਵਿਆਹੀ ਮਾਂ, ਰੁੱਖਾਂ ਦੀ ਜੀਰਾਂ, ਮੋਸਟਲੀ ਦੋ ਹੀ ਮਿਲਦੇ ਆ, ਪਰ ਤੀਜਾ ਜਿਹੜਾ ਗੁਲਾਬੋ, ਇਹ ਵੀ ਰਤਨ ਸਿੰਘ ਜੱਗੀ ਦੇ ਦੁਆਰਾ ਦੱਸਿਆ ਜਾਂਦਾ ਹੈ, ਇਸ ਨੂੰ ਵੀ ਨੋਟ ਡਾਊਨ ਕਰਨਾ। ਨਾਟਕਾਂ ਦੀ ਜੇਕਰ ਗੱਲ ਕਰੀਏ ਤਾਂ ਰਾਜਕੁਮਾਰੀ ਲਤਿਕਾ, ਹੋਰ ਅਤੇ ਹੋਰ ਪ੍ਰੀਤ ਡਰਾਮੇ, ਪ੍ਰੀਤ ਮੁਕਟ, ਪੂਰਬ ਪੱਛਮ, ਸਾਡੀ ਹੋਣੀ ਦਾ ਲਿਸ਼ਕਾਰ, ਇਹ ਨਾਟਕਾਂ 'ਚ ਸ਼ਾਮਿਲ ਕੀਤੇ ਜਾਂਦੇ ਆ। ਕਿਤੇ ਕਿਤੇ ਨਿਬੰਧਾਂ 'ਚ ਵੀ ਇਸ ਨੂੰ ਦੱਸਿਆ ਗਿਆ ਹੈ। ਸੋ ਕੁਛ ਕੁ ਰਚਨਾਵਾਂ ਨੇ ਜਿਹੜੀਆਂ ਕਿ ਕਨਫਿਊਜ਼ਨ ਕ੍ਰੀਏਟ ਕਰਦੀਆਂ ਨੇ। ਬਾਲ ਸਾਹਿਤ ਦੇ ਵਿੱਚ ਗੁਲਾਬੀ ਐਨਕਾਂ, ਪਰੀਆਂ ਦੀ ਮੋਰੀ ਅਤੇ ਗੁਲਾਬੋ, ਮੁਰਾਦਾਂ ਪੂਰੀਆਂ ਕਰਨ ਵਾਲਾ ਖੂਹ, ਇਹ ਬਾਲ ਸਾਹਿਤ ਦੇ ਨਾਲ ਸੰਬੰਧਿਤ ਰਚਨਾਵਾਂ ਨੇ। ਬਸ ਜੀ, ਅੱਜ ਦੀ ਕਲਾਸ ਦੇ ਵਿੱਚ ਇੰਨਾ ਹੀ, ਇੱਥੇ ਕਲਾਸ ਸਮਾਪਤ ਕਰਦੇ ਹਾਂ। ਜਾਂਦੇ ਜਾਂਦੇ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਦੇ ਜਾਣਾ, ਤਾਂ ਕਿ ਮੈਨੂੰ ਮੋਟੀਵੇਸ਼ਨ ਮਿਲਦਾ ਰਹੇ ਅਤੇ ਤੁਹਾਨੂੰ ਮਿਲਦਾ ਰਹਿਣ ਨੋਟੀਫਿਕੇਸ਼ਨ। ਥੈਂਕ ਯੂ ਸੋ ਮੱਚ, ਬਾਏ ਬਾਏ, ਟੇਕ ਕੇਅਰ।